ਜੀ ਬismillah रहमान रहीम ਅਸਲਾਮੁਅਲੈਕਮ ਸਾਰੇ ਦੋਸਤਾਂ ਬਰਾਮਾ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਸੀਂ ਆਪਣੀ ਕਮੀਜ਼ ਦੀ ਜਿਹੜੀ ਕਟਾਈ ਹੈ ਨਾ ਉਹ ਕਰਾਂਦੇ ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਦੋਸਤਾਂ ਨੂੰ ਇਹ ਕਹਿਣਾ ਚਾਹਨਾ ਕਿ ਆਪਣਾ ਜਿਹੜਾ ਜ਼ੇਹਨ ਹੈ ਉਹਦੇ ਤੋਂ ਆਪਣਾ ਪ੍ਰੈਸ਼ਰ ਜਿਹੜਾ ਨਾ ਉਹ ਹਟਾਵੋ ਅੱਛਾ ਚਲਦੇ ਹਾਂ ਨਾਲ-ਨਾਲ ਗੱਲਾਂ ਕਰਾਂਦੇ ਤੇ ਨਾਲ-ਨਾਲ ਆਪਣੀ ਜਿਹੜੀ ਹੈ ਨਾ ਕਮੀਜ਼ ਦੀ ਕਟਿੰਗ ਕਰਦੇ ਹਾਂ ਤੇ ਇਨਸ਼ਾਅੱਲਾ ਇਹ ਬੜਾ ਵੱਡਾ ਚੈਲੰਜ ਹੈ ਅਗਰ ਤੁਸੀਂ ਇਸ ਕਟਿੰਗ ਨੂੰ ਸਮਝ ਲਿਆ ਕਰ ਲਿਆ ਤਾਂ ਇਨਸ਼ਾਅੱਲਾ ਤੁਹਾਡਾ ਕਟਿੰਗ ਦਾ ਮਸਲਾ ਜਿਹੜਾ ਹੈ ਨਾ ਉਹ ਹੱਲ ਹੋ ਜਾਵੇਗਾ ਅੱਛਾ ਸਭ ਤੋਂ ਪਹਿਲੇ ਮੈਂ ਆਪਣੀ ਕਮੀਜ਼ ਦੀ ਲੰਬਾਈ ਜਿਹੜੀ ਹੈ ਨਾ ਉਹ ਦੱਸ ਦਿਆਂ 3.38 ਲੰਬਾਈ ਹੈ ਬਾਜ਼ੂ 24.5 ਹੈ 13.17 ਹੈ ਗਲਾ 16 ਹੈ ਤੇ ਕਮਰ ਜਿਹੜੀ ਹੈ ਉਹ 22 ਹੈ ਘੇਰਾ ਗੋਲ ਹੈ ਸਭ ਤੋਂ ਪਹਿਲੇ ਜਿਹੜੀ ਪਹਿਲੀ ਗੱਲ ਹੁੰਦੀ ਹੈ ਦੋਸਤੋ ਉਹ ਇਹ ਕਿ ਅਕਸਰ ਦੋਸਤ ਮੇਰੀ ਕੋਈ ਗੱਲ ਬੁਰੀ ਲੱਗੇ ਤੇ ਸਭ ਤੋਂ ਪਹਿਲੇ ਮਾਫੀ ਚਾਹਨਾ ਕਿ ਇਹ ਦਿਲ ਤੇ ਨਹੀਂ ਰੱਖਣੀ ਅੱਛਾ ਸਭ ਤੋਂ ਪਹਿਲੀ ਗੱਲ ਇਹ ਵੇ ਕਿ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਵੀ ਸੂਟ ਸੀਣ ਲੱਗਦੇ ਹਾਂ ਅਕਸਰ ਦੋਸਤ ਮੈਂ ਕਾਫੀ ਦੋਸਤ ਵੇਖੇ ਇਨਕੋ ਇਸਤਰੀ ਤੋਂ ਬਗੈਰ ਕਟਾਈ ਕਰ ਦਿੰਦੇ ਨੇ ਖੁਦਾਰਾ ਫਰੈਂਡਸ ਅਗਰ ਆਪ ਅਗਰ ਤੁਸੀਂ ਇਹ ਚਾਹਦੇ ਹੋ ਕਿ ਤੁਹਾਡਾ ਇਹ ਸਾਰਾ ਮਾਮਲਾ ਤੁਹਾਡਾ ਜੋ ਕਟਾਈ ਦਾ ਮਾਮਲਾ ਹੈ ਉਹ ਠੀਕ ਹੋਵੇ ਜਦੋਂ ਵੀ ਸੂਟ ਕਟੋ ਆਪਣੀ ਇਸਤਰੀ ਦੇ ਜਿਹੜੀ ਹੈ ਨਾ ਇਸਤਰੀ ਐਂਡ ਟਿਕਣ ਮਾਰੋ ਪੀਸ ਨੂੰ ਵੇਖੋ ਕਿ ਉਹ ਵੱਟ ਤਾਂ ਨਹੀਂ ਰਿਹਾ ਘੱਟ ਤਾਂ ਨਹੀਂ ਰਿਹਾ ਅਕਸਰ ਪੀਸ ਨੂੰ ਇਸਤਰੀ ਮਾਰਿਆ ਆਂ ਉਹ ਕੋਈ ਪੀਸ ਹੁੰਦਾ ਹੈ ਉਹ ਸੁੰਗੜ ਜਾਂਦਾ ਕੋਈ ਪੀਸ ਹੁੰਦਾ ਹੈ ਉਹ ਵੱਧ ਜਾਂਦਾ ਤੇ ਕੋਸ਼ਿਸ਼ ਕੀਤੀ ਕਰੋ ਕਿ ਪੀਸ ਦਾ ਐਂਡ ਵੇਖਿਆ ਕਰੋ ਇਤਨੀ ਕੋਨ ਇਸਤਰੀ ਮਾਰੀ ਕਰੋ ਅੱਛਾ ਇਹ ਬਹੁਤ ਜਿੰਨੀ ਤੁਸੀਂ ਸਮਝ ਲਵੋ ਉਹ ਓਤਨੀ ਜਨਾਬੇ ਅੱਲੀ ਤੁਹਾਡੇ ਵਾਸਤੇ ਫਾਇਦੇਮੰਦ ਹੈ ਕਿ ਆਪਣੇ ਪੀਸ ਨੂੰ ਇਸਤਰੀ ਮਾਰੀ ਕਰੋ ਅੱਛਾ ਅੱਗੇ ਚੱਲਦੇ ਹਾਂ ਮੈਂ ਆਪਣੇ ਇਹ ਆ ਜਿਹੜੇ ਫਰੰਟ ਬੈਕ ਇਹਨਾਂ ਦੇ ਪੀਸ ਲਾ ਦਿੱਤੇ ਐ ਵੇਖੋ ਤੇ ਇਹਨਾਂ ਨੂੰ ਇਸਤਰੀ ਵੀ ਮਾਰੀਏ ਬੜੇ ਅچھے ਤਰੀਕੇ ਨਾਲ ਇਸਤਰੀ ਮਾਰੀਏ ਤੇ ਪੀਸ ਵੇਖੋ ਸਾਡੇ 22 ਸਾਡੀ ਫਿਟਿੰਗ ਹੈ तकरीबन 24 ਦਾ ਪੀਸ ਲੱਥਾ ਹੈ ਅੱਛਾ ਸਭ ਤੋਂ ਪਹਿਲੇ ਇੱਕ ਹੋਰ ਇੱਥੇ ਗੱਲ ਕਰਦਾ ਜਾਵਾਂ ਕਿ ਮੈਂ ਸਾਦਾ ਜਿਹਾ ਬੰਦਾ ਤੇ ਇਨਸ਼ਾਅੱਲਾ ਸਾਦੇ ਜਿਹੇ ਤਰੀਕੇ ਨਾਲ ਦੁਨ ਸਾਰਿਆਂ ਨੂੰ ਸਮਝਾਵਾਂ ਦਾ ਕਿ ਕਟਿੰਗ ਕਿਸ ਤਰੀਕੇ ਨਾਲ ਹੁੰਦੀ ਮੈਂ ਉਹ ਬੰਦਾ ਨਹੀਂ ਕਿ ਮੈਂ ਚਪਟੀਆਂ ਵਗੈਰਾ ਯੂਜ਼ ਕਰਾਂ ਅਲਹਮਦੁਲਿਲਾ ਮੇਰੇ ਕੋਲ ਹਰ ਕਿਸਮ ਦੀ ਸ਼ਾਇਆ ਹੈ ਚਪਟੀਆਂ ਵੀ ਐ ਤੁਸੀਂ ਸਾਰੇ ਫਰੈਂਡਸ ਵੇਖ ਸਕਦੇ ਹੋ ਕਿ ਮੇਰੇ ਕੋਲ ਚਪਟੀਆਂ ਵੀ ਐ ਲੇਕਿਨ ਇਹਦੇ ਤੋਂ ਬਗੈਰ ਯਾਰ ਕਟਿੰਗ ਸਾਡੀ ਹੋ ਜਾਂਦੀ ਹੈ ਅਸੀਂ ਕਰਦੇ ਨਹੀਂ ਹੁਣ ਮੈਂ ਚਪਟੀ ਫਾਦ ਕੇ ਥੇ 101 ਨਿਸ਼ਾਨ ਲਾ ਦੇਵਾਂ ਅੱਧਿਆਂ ਬੰਦੇ ਨੂੰ ਸਮਝ ਆਉਣੀ ਹੈ ਅਧਿਆਂ ਕੋ ਨਹੀਂ ਆਉਣੀ ਇਸ ਸਿਆਸਤੇ ਮੈਂ ਤੁਹਾਨੂੰ ਹੁਣ ਜ਼ਹਿਰੀ ਗੱਲ ਹੈ ਸਾਰਿਆਂ ਦਰਜ਼ੀਆਂ ਕੋਲ ਜਿਹੜੇ ਨਵੇਂ ਸਿੱਖਦੇ ਪੈਣ ਮੇਰੇ ਭਰਾ ਉਹਨਾਂ ਕੋਲੋਂ ਐਨਜੀ ਟੇਪ ਹੀ ਚਪਟੀ ਹੁਣ ਉਹ ਕਿਦੋਂ ਲੈਣ ਗਰੇ ਮੇਰਾ ਭਰਾ ਤੁਸੀਂ ਆਪਣੇ ਜ਼ਿਹਨ ਨੂੰ ਸੈੱਟ ਕਰੋ ਆਪਣੇ ਮਾਈਂਡ ਨੂੰ ਚੇਂਜ ਕਰੋ ਯਾਰ ਸਾਡੀ ਕਟਿੰਗ ਹੁੰਦੀ ਹੈ ਹੁੰਦੀ ਕਿਉਂ ਨਹੀਂ ਅੱਛਾ ਸਭ ਤੋਂ ਪਹਿਲੇ ਅਸੀਂ ਇੱਕ ਸਿੱਧੀ ਲਾਈਨ ਲੈ ਲੈਨੇ ਅ ਚੈੱਕ ਕਰ ਲੋ 7 ਲੈਂ ਤੋਂ ਬਾਅਦ 13.7 ਇਹਦੇ ਵਿੱਚ 1 ਇੰਚ ਜਿਹੜੀ ਹੈ ਨਾ ਉਹ ਅਸਾਂ ਪਲੱਸ ਕਰਨੀ ਹੈ 18 ਅਗਰ ਇਹ ਨਾ ਤਾਂ ਮੈਂ 18 ਕਰ ਦਿੱਤੇ ਅਗਰ ਇੰਜ ਨਹੀਂ ਸਮਝ ਆਉਂਦੀ ਤਾਂ ਤੁਸੀਂ ਇੰਜ 18 ਕਰ ਲਓ 18 ਕਰਕੇ ਤੇ ਹੁੰਦਾ ਅੱਧਾ ਜਿਹੜਾ ਉਹ ਨਿਸ਼ਾਨ ਲਾ ਲਓ ਹੁਣ ਐਡਾ ਤਾਂ ਬੰਦਾ ਬੇਵਕੂਫ ਹੈ ਕੋਈ ਨਾ ਨਾ ਕਿ ਜਿਹੜਾ ਜਨਾਬੇ ਅਲੀ ਦੂਸਰਾ ਇਹ ਸਮਝ ਨਾ ਸਕੇ ਕਿ 18 ਕਿੰਨਾ ਹੁੰਦਾ ਹੈ ਮਿਸਾਲ ਦੇ ਤੌਰ ਤੇ ਅਸੀਂ 13 ਆ ਜਾਂਦਾ ਹੈ ਇਦੋਂ 8.5 ਆ ਜਾਂਦਾ 17 ਨਾ ਤੇ ਆ ਜਾਂਦਾ 18 ਅੱਛਾ ਇੱਕ ਹੋਰ ਗੱਲ ਕਰਦਾ ਜਾਵਾਂ ਕਿ ਗੱਲਾਂ ਕੋੜੀਆਂ ਨਾ ਲੇਕਿਨ ਹੈਨ ਫਾਇਦੇ ਵਾਲੀਆਂ ਤੇ ਲਿਆਜ਼ਾ ਬਰਾਏ ਮਿਹਰਬਾਨੀ ਕੋਈ ਬੰਦਾ ਕੌਰ ਨਾ ਕਰੇ ਇਹ ਨਾ ਹੋਵੇ ਕਿ ਸਵੇਰ ਨੂੰ ਜਨਾਬ ਅਲੀ ਕਮੈਂਟ ਸੈਕਸ਼ਨ ਵਿੱਚ ਉਹ ਮੈਂ ਵੇਖਾਂ ਤੇ ਪਤਾ ਨਹੀਂ ਕੀ ਦਾ ਕੀ ਹੋਇਆ ਪਿਆ ਹੋਵੇ ਲਿਆਜ਼ਾ ਮਿਹਰਬਾਨੀ ਕਰਕੇ ਤੁਸੀਂ ਸਾਡੇ ਬਰਾਓ ਇਨਸ਼ਾਅੱਲਾ ਮੈਂ ਕੋਈ ਓਲਾ ਨਹੀਂ ਰੱਖਾਂਗਾ ਤੁਹਾਡੇ ਨਾਲ ਸਿਰਫ ਦਨ ਜਸਟ ਦੱਸਾਂ ਦਾ ਸਮਝਾਵਾਂ ਦਾ ਕਿ ਇਹ ਚੀਜ਼ ਇੰਜ ਲੇਕਿਨ ਅਸੀਂ ਕੀ ਕਰਦੇ ਹਾਂ ਸਾਡਾ ਮੈਂ ਆਪਣਾ ਦੱਸ ਰਿਹਾ ਕਿ ਅਸੀਂ ਦਰਜੀ ਕੀ ਕਰਦੇ ਹਾਂ ਇੱਕ ਸੋ ਇੱਕ ਲੈਣ ਇਥੇ ਲਾ ਦੇਣਾ ਅਧਿਆ ਬੰਦਿਆਂ ਨੂੰ ਸਮਝ ਆਉਣੀ ਅਧਿਆ ਨਹੀਂ ਹੋਣੀ ਅੱਛਾ ਉਸ ਤੋਂ ਬਾਅਦ ਇਹ ਸਾਡੇ 17 13 ਸੀ 18 ਦਾ ਨਿਸ਼ਾਨ ਲੱਗ ਗਿਆ ਕਾਲਰ ਸਾਡੇ ਕੋਲ ਆ ਜਾਂਦਾ ਇਹਦਾ 16 ਗਲਾ ਹੁਣ 16 ਤੇ ਕਾਲਰ ਅਸੀਂ ਲਾਣਾ 16 ਸਿੰਪਲ ਜਿਹਾ ਤਰੀਕਾ ਹੈ ਕੋਈ ਮੁਸ਼ਕਲ ਤਰੀਕਾ ਨਹੀਂ ਕਰਨਾ ਕੀ ਇਹ ਸਿਰਫ ਐ 16 ਇਹਨ 6 ਤੇ ਤਕਸੀਮ ਕਰੋ 6 ਦੁਨੇ 12 ਇਹਦੇ ਚ ਆ ਗਿਆ ਸਾਡੇ ਕੋਲ ਜਨਾਬ ਪਿੱਛੇ 4 ਐ ਇਸ਼ਾਰੀਆਂ ਲੱਗਾ ਆ 0 ਲੱਗੀ ਇੰਜ ਹੀ ਹੋ ਗਿਆ ਇਸ਼ਾਰੀਆਂ 0 ਲਾਈ 6 1 6 2 12 6 6 36 6 6 ਛਤੀ اچھا ਇਹਨਾਂ ਨੇ ਤਾਂ ਖਤਮ ਕਰ ਦਿੰਨੇ ਆ 2 ਇੰਚ ਤੇ 6 ਸੂਤਰ ਜਿਹੜਾ ਨਾ ਉਹ ਸਾਡਾ ਹੁਣ ਹਾਲਾ ਜਿਹੜਾ ਨਾ ਉਹ ਇਹਦਾ ਨਿਕਲਣਾ ਹੈ ਅੱਛਾ ਉਹ ਅਸਾਂ ਕੀਵੇਂ ਕਰਨਾ ਹੈ ਉਹਨਾਂ ਇਸ ਚੀਜ਼ ਨੂੰ ਤੁਸੀਂ ਚੈੱਕ ਕਰਨਾ ਹੈ ਸਭ ਤੋਂ ਪਹਿਲੇ ਅਸੀਂ ਨਿਸ਼ਾਨ ਲਾਣੇ ਆ ਆਪਣੇ ਹਾਲੇ ਵਾਲੇ ਪਾਸੋਂ ਇਹ ਵੇਖਿਆ ਜੀ ਕਿੱਥੇ ਬਣਦਾ ਇਹ 2 ਇੰਚ 1 2 3 4 5 ਤੇ 6 ਇਹ ਨਿਸ਼ਾਨ ਲਾ ਦਿੱਤਾ 2 ਇੰਚ ਤੇ 6 ਸੂਤਰ ਦਾ ਠੀਕ ਹੋ ਗਿਆ ਅੱਛਾ ਇਹਦੇ ਵਿੱਚੋਂ ਅਸੀਂ ਕੀ ਕਰਨਾ ਹੈ ਜਦੋਂ ਅਸੀਂ ਇਹਦੇ ਉੱਤੇ ਨਿਸ਼ਾਨ ਲਾਣਾ ਹੈ ਨਾ ਤੀਰੇ ਵਾਲੀ ਸਾਈਡ ਤੇ ਇਹਦੇ ਵਿੱਚੋਂ ਅਸੀਂ ਅੱਧੇ ਇੰਚੀ ਉਡਾ ਦੇਣੀ ਹੈ ਖਤਮ ਕਰ ਦੇਣੀ ਹੈ ਅੱਛਾ ਅੱਧੇ ਇੰਚੀ ਖਤਮ ਕੀਤੀ 2 ਇੰਚ ਤੇ ਦੋ ਸੂਤਰ ਸਾਡਾ ਨਿਸ਼ਾਨ ਆ ਗਿਆ ਇਸੇ ਤਰ੍ਹਾਂ ਜੀ ਇਹ ਜਿਹੜਾ ਤੀਰੇ ਵਾਲਾ ਨਿਸ਼ਾਨ ਅਸੀਂ 17 ਤੇ 18 ਦਾ ਲਾਇਆ ਹੈ ਇਹਦੇ ਕੋਲੋਂ ਵੀ ਅਸੀਂ ਜਨਾਬੀ ਵਾਲੀ ਥੱਲੇ ਦੀ 2 ਇੰਚ ਦੋ ਸੂਤਰ ਨਿਸ਼ਾਨ ਲਾ ਲੈਣਾ ਐਸ ਨਿਸ਼ਾਨ ਨੂੰ ਆਪਸ ਵਿੱਚ ਮਿਲਾ ਦੇਣਾ ਮਿਲ ਗਿਆ ਜੀ ਤੇ ਇੱਕ ਹੋਰ ਗੱਲ ਕਰਦਾ ਜਾਵਾਂ ਕਿ ਅਗਰ ਕੋਈ ਬਰਾ ਇਸ ਕਟਾਈ ਨੂੰ ਯੂਜ਼ ਕਰ ਸੀ ਇੱਕ ਆਈ ਹੈਕਰ ਹੀ ਕੋਸ਼ਿਸ਼ ਕਰੇਗਾ ਤੇ ਇਨਸ਼ਾਅੱਲਾ ਜਦੋਂ ਉਹ ਸੂਟ ਬਣਾਵੇਗਾ ਤੇ ਦੁਨੀਆਂ ਆਪ ਨੂੰ ਸਮਝ ਲੱਗ ਜਾਵੇ ਦੀ ਕਿ ਇਹ ਕਟਾਈ ਵਾਕਈ ਕਮਾਲ ਦੀ ਹੈ ਅੱਛਾ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਇੱਥੋਂ ਅਸੀਂ ਬਿਲਕੁਲ ਸਾਡਾ ਵਕਫਾ ਜਿਹੜਾ ਹੈ ਨਾ ਐਂਜ ਕਰ ਲਓ ਚਲੋ ਉਂਝ ਨਹੀਂ ਸਮਝ ਆਉਂਦੀ ਤੇ 3 ਇੰਚ ਇੱਕ ਸੂਤਰ ਤਕਰੀਬਨ ਇੱਥੇ ਜਾ ਕੇ ਸੌਰੀ 3.5 ਇੰਚ ਤੇ ਇੱਕ ਸੂਤਰ ਦੇ ਕਰੀਬ ਹੈ ਸਾਡਾ ਨਿਸ਼ਾਨ ਹੈ ਇੱਥੇ ਜਾ ਕੇ ਅਸੀਂ ਨਿਸ਼ਾਨ ਲਾ ਲੈਨੇ ਆ ਸਾਡੇ 3 ਤੇ 1 ਸੁੱਤਰ ਦਾ ਨਿਸ਼ਾਨ ਲਾ ਲੈਨੇ ਆ ਅੱਛਾ ਇਹ ਅਸੀਂ ਲੈਂਨ ਤਕਰੀਬਨ ਇਸ ਤਰ੍ਹਾਂ ਸਿੱਧੀ ਲੈ ਲੈਨੇ ਆ ਮੇਰਾ ਭਰਾ ਮੈਂ ਬੜੇ ਤਗੀਦ ਨਾਲ ਬਣ ਸਮਝਾ ਰਹੇ ਆ ਤੇ ਇਨਸ਼ਾਅੱਲਾ ਤੁਹਾਨੂੰ ਸਮਝ ਵੀ ਆਵੇਗੀ ਅੱਛਾ ਉਸ ਤੋਂ ਬਾਅਦ ਤਕਰੀਬਨ ਐ ਵੇਖੋ 4 ਇੱਕ ਸੁੱਤਰ ਦਾ ਵਕਫਾ ਦੇ ਕੇ ਮੈਂ ਉੱਥੋਂ ਐਂਚੀ ਟੇਪ ਨੂੰ ਇੱਥੋਂ ਥੱਲੋਂ ਤਕਰੀਬਨ 10 ਐਂਚੀ ਦਾ ਵਕਫਾ ਦਿੱਤਾ ਹੈ ਔਰ ਉਤੋਂ ਇੱਥੋਂ ਇਹ ਸਾਡੇ ਤੇਰੇ ਵਾਲੀ ਲੈਂ ਨੇ ਇੱਥੋਂ 417 ਦਾ ਵਕਫਾ ਇੰਜੀ ਟੇਪ ਨੂੰ ਦੇ ਕੇ ਤੇ ਮੈਂ ਉਹਦੇ ਨਾਲ ਇੱਕ ਹੋਰ ਐਕਸਟਰਾ ਲੈਂ ਲੈ ਲਈਏ ਇਹ ਸਾਡੀ ਫਰੰਟ ਦੀ ਲੈਂ ਨੇ ਅੱਛਾ ਉਸ ਤੋਂ ਬਾਅਦ ਆ ਜਾਂਦੀ ਹੈ ਕਿ ਅਸੀਂ ਕੰਦਾ ਜਿਹੜਾ ਸਾਡਾ ਸਾਰਿਆਂ ਤੋਂ ਵੱਡਾ ਮਸਲਾ ਹੈ ਕੰਦੇ ਦਾ ਮਸਲਾ ਹੈ ਕਿ ਅਸੀਂ ਕੰਦਾ ਆਪਣਾ ਕਿਤਨਾ ਰੱਖੀਏ ਭਾਈ ਮੇਰੇ ਬੜਾ ਸਿੰਪਲ ਜਿਹਾ ਤਰੀਕਾ ਦਵੰਦਾ ਸੁਣ ਲੱਗਾ ਕਿ ਜਿੰਨਾ ਵੀ ਸਾਡਾ ਤੇਰਾ ਹੋਵੇ ਤੇਰਾ ਸਾਡਾ ਇਹਦਾ 17 ਅੱਛਾ 17 ਤੇਰਾ ਹੋਵੇ ਤੇ ਇਹ ਨਿਸ਼ਾਨ ਕਿੱਥੇ ਲੱਗਣਾ ਚਾਹੀਦਾ ਹੈ ਸਾਡੇ 8 ਤੇ ਅੱਧਾ ਕਰਨਾ ਹੈ ਇਹ 13 17 ਇਹਦਾ ਅੱਧਾ ਕੀਤਾ ਤੇ 8.5 ਤੇ ਨਿਸ਼ਾਨ ਆ ਗਿਆ ਐ ਵੇਖੋ ਜਦੋਂ 8.5 ਤੇ ਨਿਸ਼ਾਨ ਆ ਗਿਆ ਇਹਦੇ ਵਿੱਚ ਉਹਨੇ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਅਗਰ ਸਾਡਾ ਜਿਹੜਾ ਗਾਹਕੇ ਕਸਟਮਰ ਹੈ ਉਹ ਅਗਰ ਖੁੱਲੇ ਸੂਟ ਪਸੰਦ ਕਰਦਾ ਪਾਣੇ ਜਾਂ ਇਤਨੇ ਇੱਕ ਮਸਲਨ ਨਾ ਖੁੱਲੇ ਹੋਣ ਤੇ ਨਾ ਹੀ ਸੋੜੇ ਹੋਣ ਇੰਹੀਂ ਦੇ ਸੂਟ ਪਸੰਦ ਕਰਦਾ ਤੇ ਉਹਨਾਂ ਦੇ ਵਾਸਤੇ ਤੁਸੀਂ ਜਸਟ ਜਿੰਨਾ ਤੁਹਾਡਾ 13 ਹੈ ਓਤਨਾ ਨਿਸ਼ਾਨ ਲਾ ਦਿਓ ਅੱਛਾ ਅਗਰ ਕੋਈ ਫਿਟਿੰਗ ਵਾਲਾ ਸੂਟ ਆਂਦਾ ਕਿ ਮੈਨੂੰ ਫੁੱਲ ਫਿਟਿੰਗ ਚਾਹੀਦੀ ਹੈ ਅੱਜ ਕੱਲ੍ਹ ਦਨਪਤ ਹੈ ਮੰਮੀ ਡੈਡੀ ਮਾਲ ਚੱਲ ਰਿਹਾ ਤੇ ਉਹਨਾਂ ਦੇ ਵਾਸਤੇ ਤੁਸੀਂ ਇਹਦੇ ਚ ਇੱਕ ਦੀ ਐਂਚ ਜਿਹੜੀ ਹੈ ਨਾ ਉਹ ਘਟਾ ਦੇਣੀ ਹੈ ਮਸਲਨ ਅਗਰ ਤੁਹਾਡਾ 13 17 ਹੈ ਤੇ 16 ਦਾ ਕਰ ਲੈਣਾ ਹੈ ਅਗਰ 18 ਹੈ ਤੇ ਸਾਡੇ 17 ਦਾ ਕਰ ਲੈਣਾ ਹੈ ਅਗਰ ਤੁਸੀਂ ਫਿਟਿੰਗ ਦੇਣੀ ਹੈ ਅਗਰ ਫਿਟਿੰਗ ਨਹੀਂ ਦੇਣੀ ਮਸਲਨ ਪ੍ਰਾਪਰ ਸੂਟ ਜਿਵੇਂ ਸੋਹਣਾ ਲੱਗਦਾ ਹੈ ਨਾ ਇੰਜ ਤੁਸੀਂ ਰੱਖਣਾ ਤੇ ਮੋੜ ਜਨਾਬੇ ਵਾਲੀ ਤੁਸੀਂ 17 ਹੈਗੇ ਤੇ 17 ਦਾ ਉੱਤੇ ਨਿਸ਼ਾਨ ਲਾ ਦੇਣਾ ਅਗਰ 18 ਹੈ ਤੇ 18 ਤੇ ਨਿਸ਼ਾਨ ਲਾ ਦੇਣਾ ਅੱਛਾ ਇਹ ਆ ਗਈ ਸਾਡੀ ਜਨਾਬ ਕੰਦੇ ਦੀ ਮੀਜ਼ਰਮੈਂਟ ਠੀਕ ਹੋ ਗਿਆ ਇਹਨੂੰ ਅਸਾਂ ਗੁਲਾਈ ਦੇਣੀ ਹੈ ਅੱਛਾ ਇੱਥੇ ਹੁਣ ਅਸੀਂ ਕੀ ਕਰਦੇ ਹਾਂ ਜੀ 101 ਅਸੀਂ ਇੱਥੋਂ ਇੰਜ ਕਰਕੇ ਤੇ ਲੈਣਾ ਲਾ ਕੇ ਤੇ ਬੜਾ ਬੜਾ ਟੋਪੀ ਡਰਾਮਾ ਬਣਾ ਕੇ ਜਨਾਬ ਬਿਆਲੇ ਇੱਥੋਂ ਆ ਕੇ ਵੇਖਣ ਵਾਲੇ ਸਾਰੇ ਆਂਦੇ ਨੂੰ ਪਤਾ ਨਹੀਂ ਸਾਡੇ ਨਾਲ ਬੰਨਣਾ ਕੀ ਏ ਹੁਣ ਸਾਡੀ ਇੱਥੋਂ ਸਹੀ ਕਿਵੇਂ ਹੋਣੀ ਉਹ ਮੇਰਾ ਬਰਾ ਕੋਈ ਸ਼ੈਨ ਹੈ ਐਡਾ ਕੋਈ ਰਾਕਟ ਸੈਂਸ ਨਹੀਂ ਹੈ ਇਹ ਬਸ ਇੱਕ ਜੇਨ ਨੂੰ ਸਮਝਾਉਣ ਵਾਲੀ ਆਪਣਾ ਜਦੋਂ ਜਾਕਾ ਕਿਸੇ ਬੰਦੇ ਲਾ ਲੈਣਾ ਨਾ ਈਮਾਨੀ ਗੱਲ ਹੈ ਤੁਹਾਨੂੰ ਕਟਿੰਗ ਦੀ ਟੈਨਸ਼ਨ ਹੀ ਕੋ ਨਹੀਂ ਹੁੰਦੀ ਹਾਂ ਮੇਰੇ ਕੋਲ ਜੇਬ ਵਾਲਾ ਪੈਟਰਨ ਹੈ ਯਾਰ ਕਿਸੇ ਕੋਲ ਨਹੀਂ ਇੱਥੇ ਗੁਲਾਈ ਹੁੰਦੀ ਕੈਂਚੀ ਨਾਲ ਨਹੀਂ ਹੁੰਦੀ ਉਹ ਸਕੈਚ ਬਣਾ ਲਵੇ ਇੱਕ ਜੇਬ ਵਾਲੇ ਪੈਟਰਨ ਦਾ ਇਹ ਚੀਜ਼ ਇਹ ਚੀਜ਼ ਹੁਣ ਵੇਖਣਾ ਅਹਿਮ ਥੋੜੀ ਜੀ ਤੁਸੀਂ ਇਹਨ ਅਗਰ ਜ਼ਿਆਦਾ ਗੁਲਾਈ ਹੈ ਤੇ ਥੋੜਾ ਜਿਹਾ ਬਾਹਰ ਲੋ ਕੱਢ ਲੋ ਇਹ ਵੇਖੋ ਹੁਣ ਬਾਈ ਜਿਹੜੀ ਇਹ ਚਾਰ ਪੀਸਾਂ ਦੀ ਕਟਾਈ ਕਰਨੀ ਸਾਬ ਦੁਪਹਿਰੇ ਫਰੰਟ ਬੈਕ ਦੋਨਾਂ ਦੀ ਅੱਛਾ ਇਹਨਾਂ ਸਾਂ ਕੀ ਕਰਨਾ ਹੈ ਕਿ ਇਹਨਾਂ ਸੀ ਤੁਸੀਂ ਸਿੱਧਾ ਚਾਣਾ ਤੇ ਇਹਨੂੰ ਇੰਜ ਕਰਕੇ ਕਟਾਈ ਕਰਨੀ ਹੈ ਇਹ ਸਾਡੇ ਚਾਰ ਪੀਸਾਂ ਦੀ ਇਹ ਹੁਣ ਤੁਸੀਂ ਆਪ ਹੀ حساب ਲਾ ਲਓ ਕਿ ਆ ਕਿੰਨੇ ਇੱਕ ਪੀਸ ਇੰਦਾ ਅਗਰ ਜੇ ਭਲੇ ਪੈਟਰਨ ਰਾਡ ਮੈਂ ਨਿਸ਼ਾਨ ਲਾਇਆ ਤੇ ਉਹ ਕਿੰਨਾ ਇੱਕ ਸਾਡਾ ਪੀਸ ਬਚਿਆ ਅੱਛਾ ਇਹ ਸਾਡਾ ਹੋ ਗਿਆ ਕਲੀਅਰ ਫਰੰਟ ਬੈਕ ਦਾ ਸਿਕੰਦੇ हिसाब ਲਾ ਲਿਆ ਅੱਛਾ ਉਸ ਤੋਂ ਬਾਅਦ ਅਸੀਂ ਆ ਜਾਣਾ ਇਸ ਲੈਨ ਤੇ ਇਹਨੂੰ ਅਸੀਂ ਕਟਾਈ ਕਰਨਾ ਇਸ ਤਰੀਕੇ ਨਾਲ ਸਿੱਧੀ ਸਿੱਧੀ ਸਾਡੀ ਲੈਨ ਹੈ ਅਸੀਂ ਕਟਾਈ ਕਰ ਦੇਣੀ ਠੀਕ ਹੋ ਗਿਆ ਹੁਣ ਆ ਜਾਂਦੀ ਹੈ ਇਹਿੰਦਾ ਕੰਮ ਸਾਰਾ ਕਿ ਐਨ ਅਸੀਂ ਹੁਣ ਕੀ ਕਰੀਏ ਸਾਡਾ ਇਹ ਕੀ ਹੈ ਅੱਛਾ ਮੈਂ ਤਾਂ ਇਹਨੂੰ ਭਾਈ ਇੰਜ ਰੱਖਦਾ ਤੇ ਇੰਜ ਕਰਕੇ ਇਹਦੀ ਕਟਾਈ ਕਰ ਦੇਣਾ ਠੀਕ ਹੈ ਇਹ ਚੀਜ਼ ਵੇਖੋ ਮੈਂ ਤੁਹਾਨੂੰ ਵਾਜ਼ਿਆਤ ਦਿਖਾ ਵੀ ਦੇਣਾ ਕਿ ਇਹ ਕਿਸ ਤਰੀਕੇ ਨਾਲ ਸਕੈਚੀ ਬਣਾ ਦੇਣਾ ਯਾਰ ਤਾ ਕਿ ਜਬਰਾਨ ਨੂੰ ਸਮਝ ਲੱਗ ਜਾਵੇ ਇਹ ਜਨਾਬ 42 ਜਿਹੜੀ ਸਾਡਾ ਨਿਸ਼ਾਨ ਹੈ ਇਸ ਨਿਸ਼ਾਨ ਨੂੰ ਤੇ ਇਸ ਨਿਸ਼ਾਨ ਨੂੰ ਮੈਂ ਇਸ ਤਰੀਕੇ ਕਰਕੇ ਮਿਲਾ ਦਿੱਤਾ ਇਹਨਾਂ ਚੀਜ਼ ਤੁਸੀਂ ਚੈੱਕ ਕਰ ਲਓ ਅੱਛਾ ਇੱਥੇ ਵੀ ਅਸੀਂ 101 ਲੈਣ ਲਾ ਦਿੰਨੇ ਆ 101 ਲੈਣ ਲਾ ਕੇ ਤੇ ਅਸੀਂ ਆਨੇ ਆ ਬਲੋ ਜੀ ਇਹ ਹਾਲਾ ਸਾਡਾ ਨਿਕਲ ਆਇਆ ਤੇ ਇੰਜ ਹੋ ਗਿਆ ਤੇ ਉਹਦੇ ਭਰਾਵਾਂ ਸਮਝਉਂਦੀ ਤੇ ਦਿਨ ਕੋਈ ਨਾ ਅੱਛਾ ਇਹ ਸਾਡਾ ਹੋ ਗਿਆ ਕਲੀਅਰ ਉਸ ਤੋਂ ਬਾਅਦ ਜਨਾਬ ਇੱਥੇ ਆ ਜੰਨੇ ਆ اپنی بیک ਜਿਹੜੀ ਹੈ ਨਾ ਉਹ ਅਸੀਂ ਕਿਤਨੀ ਚੁਕਣੀ ਹੈ ਕਿਤਨੀ ਛੱਡਣੀ ਹੈ اچھا ਇਹਦੇ ਵਿੱਚ ਸਾਰਿਆਂ ਤੋਂ ਵੱਡੀ ਜਿਹੜੀ ਗੱਲ ਹੈ ਅਗਰ ਤੁਸੀਂ 3 ਜਿੰਨਾ ਘਾਟ استعمال ਕਰਨਾ ਚਾਹੁੰਦੇ ਹੋ ਤੁਸੀਂ ਉਦੋਂ ਬੈਕ ایدੋ ਜ਼ਿਆਦਾ ਕਰ ਲੋ ਅਗਰ ਮੈਂ 3 ਸਾਢੇ 5 ਦਾ ਲਾਣਾ ਤੇ ਇੱਥੇ ਮੈਂ ਤਕਰੀਬਨ 1 ਇੰਚ ਦੀ ਕਰੇਬ ਇਹਦੀ ਕਟਾਈ ਕਰਨੀ ਹੈ ਜੇ ਅਗਰ ਮੈਂ 3 ਲਾਣਾ ਜਨਾਬੇ 5 ਇੰਚ ਦਾ ਤੇ ਫਿਰ ਇਹਨਾਂ ਮੈਂ 1.5 ਇੰਚ ਤੇ ਕਟਾਈ ਕਰਨੀ ਹੈ ਭਾਈ ਇਹ ਸਿਰਫ ਥੋੜਾ ਜਿਹਾ ਆਪਣਾ ਜਾਕਾ ਲਾਓ गुजारिश है ਤੁਹਾਡੇ ਅੱਗੇ ਅੱਲਾ ਪਾਕ ਦੀ ਕਸਮ ਦੁਆਨ ਦੱਸ ਰਿਹਾ ਕਿ ਕੋਈ ਐਡੀ ਰਾਕਟ ਸੈਂਸ ਨਹੀਂ ਹੁੰਦੀ ਬਸ ਅਸੀਂ ਉਹ ਕਰਦੇ ਕੀ ਹਾਂ ਅਸੀਂ ਦਰਜੀ ਕੀ ਕਰਦੇ ਹਾਂ ਵਖਾਣ ਵਾਸਤੇ ਆਪਣੇ ਉਹ ਜਿਵੇਂ ਇਹਨਾਂ ਦਿਨ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਗੱਲਾਂ ਦਾ ਬੁਰਾ ਮਹਿਸੂਸ ਕੋਈ ਨਾ ਕਰੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਸਿਰਫ ਆ ਨਿਸ਼ਾਨ ਲਾਏ ਇੰਜ ਨਿਸ਼ਾਨ ਲਾਏ ਉਹਨ ਇੱਕ ਇੱਕ ਅਣਜਾਣ ਬੰਦਾ ਹੈ ਜ਼ੈਰੀ ਗੱਲ ਹੈ ਉਹਨ ਇੱਕ ਮਾਸਟਰ ਬੰਦਾ ਹੈ ਉਹ ਸੋਨ ਕਟਿੰਗ ਥੋੜੀ ਵੇਖਣੀ ਹੈ ਕਿਉਂਕਿ ਉਹਦੀ ਆਪਣੀ ਸੈਟ ਹੈ ਕਟਿੰਗ ਤਾਂ ਉਸੇ ਵੇਖਣੀ ਹੈ ਨਾ ਜਿੰਦੀ ਕਟਿੰਗ ਖਰਾਬ ਹੈ ਹੁਣ 101 ਨਿਸ਼ਾਨ ਲਾ ਕੇ ਅਸੀਂ ਆਖੀ ਆ ਬਈਆ ਕਟਿੰਗ ਹੋਈ ਪਈਆ ਉਹਨ ਲਬਦਾ ਰਵੇ ਮੈਂ ਚਪਟੀਆਂ ਲਿਆਉਣੀਆਂ ਮੈਂ ਇੰਜ ਕਰਨਾ ਮੈਂ ਜਨਾਬ ਫੁੱਟੇ ਲਿਉਣੇ ਤਾਂ ਤਾਂ ਮੇਰੀ ਕਟਿੰਗ ਹੋਈਂਦੀ ਹੋਣੀ ਉਹ ਮੇਰਾ ਬਰਾ ਐ ਸੇਮ ਚੀਜ਼ ਹੋਈਏ ਉਹ ਮੈਂ ਚਪਟੀਆਂ ਨਾਲ ਕਟਿੰਗ ਕਰਨੀ ਉਹ ਬਗੈਰ ਚਪਟੀਆਂ ਤੋਂ ਕਰਕੇ ਦੱਸਦਾ ਪਿਆ ਸੇਮ ਉਹ ਗੱਲ ਹੈ ਅੱਛਾ ਇਹਦੀ ਮੈਂ 1 ਇੰਚੀ ਤੋਂ ਕਟਾਈ ਕਰ ਦੇਣਾ ਅੱਛਾ ਇਦੋ 1 ਇੰਚੀ ਹੋਵੇ ਉਦੋਂ 1 ਇੰਚੀ ਦੋ ਸੁੱਤਰ ਹੋਵੇ ਤਜਰਬਾ ਤਕਰੀਬਨ ਠੀਕ ਹੁੰਦਾ ਹੈ ਭਾਈ ਅਗਰ ਤੁਸੀਂ ਕੰਮ ਜ਼ੇਨ ਦੇ ਮੁਤਾਬਕ ਕਰਨਾ ਹੈ ਨਾ ਤਾਂ ਇਨਸ਼ਾਅੱਲਾ ਤੁਹਾਡਾ ਜਨਾਬੇ ਅਲੀ ਕੰਮ ਜਿਹੜਾ ਨਾ ਉਹ ਬੇਹਤਰੀਨ ਹੋਵੇਗਾ। ਅੱਛਾ ਉਸ ਤੋਂ ਬਾਅਦ ਆ ਜੰਨੇ ਆ ਇਹਦੇ ਤੇ। ਇਹ ਹੁਣ ਅਸਾ ਫਰੰਟ ਜਿਹੜਾ ਨਾ ਇਹਦੀ ਗੁਲਾਈ ਕਰਨੀ। ਇਹ ਹੁਣ ਅਸਾ ਕੇਸ हिसाब ਨਾਲ ਲੈਣਾ ਸਾਡੇ ਸੂਟ ਦੀ ਫਿਟਿੰਗ ਕਿਤਨੀ ਹੈ? ਸਾਡੇ ਸੂਟ ਦੀ ਫਿਟਿੰਗ ਹੈ 22। 22 ਦਾ ਅਗਰ ਤੁਸੀਂ ਯਾਦ ਕਰੀਏ ਤੇ ਉਹ ਕਿੱਥੇ ਹੁੰਦਾ ਵਲਾ? 22 ਚਲੋ ਇਦੋਂ ਕਰ ਦਿੰਦਾ। ਸਾਡੇ ਬਾਈ ਸਾਡੇ ਬਾਈ ਤੇ ਸਾਡੇ ਬਾਈ ਇਹ ਜਨਾਬ ਸਾਡਾ ਸਾਡੇ ਬਾਈ ਆ ਗਿਆ ਇਹਦਾ ਅਧ ਕੀਤਾ ਤੇ ਇਹ ਜਨਾਬ ਆ ਗਿਆ 11 ਇੰਚ ਤੇ ਦੋ ਸੁੱਤਰ ਅੱਛਾ 11 ਇੰਚ ਦੋ ਸੁੱਤਰ ਸਭ ਤੋਂ ਪਹਿਲੇ ਦੁਹਾਨ ਮੈਂ ਐਵੇਂ ਬਸ ਜਸਟ ਵਿਖਾ ਦੇਣਾ ਵੀ ਇਹ ਕਰਕੇ ਕਿਵੇਂ ਲੈਉਣਾ ਹੈ 1 ਇੰਚੀ ਉੱਤੋਂ ਮੈਂ ਛੱਡ ਦਿੱਤਾ ਜੀ ਕਿਉਂਕਿ ਸਾਡਾ ਤੀਰਾ ਵੀ ਲੱਗਣਾ ਹੈ 1 ਇੰਚੀ ਉੱਤੋਂ ਛੱਡਿਆ ਐ ਮੈਂ 4 ਸੁੱਤਰ ਤੇ ਇੰਚੀ ਟੇਪ ਨੂੰ ਰੱਖਿਆ ਤੇ ਇਹ ਵੇਖੋ ਇਸ ਤਰੀਕੇ ਨਾਲ ਇਹਨ ਗੁਲਾਈ ਕਰਕੇ ਲੈਉਣਾ ਹੈ 1 ਇੰਚ ਤੇ 200 11 ਇੰਚ ਤੇ 200 ਉੱਤਰ ਸਾਡਾ ਕੰਦਾ ਤਿਆਰ ਹੋ ਰਿਹਾ ਅੱਛਾ ਇਹ ਹੁਣ ਕੰਦਾ ਜਿਹੜਾ ਸਾਡਾ ਫਰੰਟ ਵਾਲਾ ਇਹ ਸਾਡੀ ਫਿਟਿੰਗ ਦੇ ਹਿਸਾਬ ਨਾਲ ਤਿਆਰ ਹੋਵੇ ਕਿਹਦਾ ਫਾਰਮੂਲਾ ਯਾਰ ਵੀਡੀਓ ਦਾ ਲਾਈਕ ਤਾਂ ਬਣਦਾ ਨਾ ਈਮਾਨੀ ਗੱਲ ਏ ਕਿ ਇਤਨੇ ਅੱਛੇ ਫਾਰਮੂਲੇ ਅਗਰ ਤੁਸੀਂ ਬੈਕ ਫਰੰਟ ਦੋਵਾਂ ਦਾ ਕੱਟਣਾ ਹੈ ਉਹ ਤੁਸੀਂ ਬੈਕ ਸਾਡੀ ਜਿਹੜੀ ਉਹ ਆਪਣੇ ਤੀਰੇ ਦੇ ਹਿਸਾਬ ਨਾਲ ਕੱਟਣੀ ਫਰੰਟ ਜਿਹੜਾ ਉਹ ਸਾਡਾ ਫਿਟਿੰਗ ਦੇ ਹਿਸਾਬ ਨਾਲ ਕੱਟਿਆਣਾ ਯਾਰ ਤੁਸੀਂ ਇਹ ਕਰੀਨ ਯੂਜ਼ ਕਰੋ ਤੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਉ ਸੇ ਅੱਛਾ ਇਹਦੀ ਹੁਣ ਕਟਾਈ ਕਿਸ ਤਰੀਕੇ ਨਾਲ ਕਰਨੀ ਹੈ ਭਾਈ ਮੈਂ ਲੈਣਾ ਨਹੀਂ ਲਾ ਰਿਹਾ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਸਮਝ ਆ ਜਾਵੇ ਤੇ ਇਨਸ਼ਾਅੱਲਾ ਉਸੇ ਵੀ ਸਮਝ ਅੱਛਾ ਇਹਦੀ ਕਟਾਈ ਕੀ ਕਰਨੀ ਹੈ ਪਹਿਲੀ ਤਾਂ ਅਸੀਂ ਲੈ ਗਏ ਆ ਸਿੱਧੀ ਇਹਨਾਂ ਸੇ ਹੁਣ ਸਿੱਧੀ ਕਟਾਈ ਨਹੀਂ ਕਰਨੀ ਦੋ ਪੀਸਨ ਕਟਾਈ ਕਰਨੀ ਹੈ ਮਸਲਨ ਇਹ ਸਿੰਗਲ ਪੀਸ ਨੂੰ ਫਰੰਟ ਨੂੰ ਬਸ ਇਹਦੀ ਹੁਣ ਕਟਾਈ ਅਸਾਂ ਕਿ ਇਤੋਂ ਸ਼ੁਰੂ ਕਰਨੀ ਹੈ ਆਸਤਾ ਆਸਤਾ ਅੰਦਰ ਦੀ ਤਰਫ ਲਿਆਉਣੀ ਹੈ ਇਹ ਵੇਖੋ ਇਸ ਤਰੀਕੇ ਨਾਲ ਇਹ ਇਹ ਸਾਡੀ ਕਟਾਈ ਹੈ ਜਨਾਬ ਸਾਡੇ ਫਰੰਟ ਦੀ ਹੁਣ ਆ ਜਾਂਦੀ ਗੱਲ ਬਾਕੀ ਦੂਜੀ ਕਿਹੜੀ ਏ ਫਿਟਿੰਗ ਵਾਲੀ ਜਿਹੜੀ ਅਸੀਂ ਸੂਟ ਨੂੰ ਫਿਟਿੰਗ ਦੇਣੀ 11 ਇੰਚ ਤੇ ਦੋ ਸੂਤਰ ਜਨਾਬ ਇੱਥੇ ਸਾਡਾ ਕੰਦਾ ਤਿਆਰ ਹੋ ਗਿਆ ਐ ਵੇਖਿਆ ਜੀ 11 ਇੰਚ ਤੇ ਦੋ ਸੂਤਰ ਜਨਾਬ ਸਾਡੀ ਫਿਟਿੰਗ ਏ ਐ ਲਈ ਇੱਥੇ ਹੁਣ ਸਾਡਾ ਕੰਦਾ ਵੀ ਤਿਆਰ ਹੋਣਾ ਚਾਹੀਦਾ ਇਸ ਨਿਸ਼ਾਨ ਤੇ ਅਸੀਂ ਅਗਰ ਇੰਜ ਮੀਰਮੈਂਟ ਕਰਦੇ ਆਂ ਤੇ ਸਾਡੀ ਫਿਟਿੰਗ ਦੇ ਹਿਸਾਬ ਨਾਲ ਸਾਡਾ ਕੰਦਾ ਤਿਆਰ ਹੋਣਾ ਚਾਹੀਦਾ ਇਤਨਾ ਐ ਚੀਜ਼ ਹੁਣ ਚੈੱਕ ਕਰੋ 11 ਇੰਚ ਤੇ ਇੱਕ ਸੂਤਰ ਆ ਗਿਆ अच्छा ए हुन ਸਾਡਾ ਕਲੀਅਰ ਹੋ ਗਿਆ ਇਹ ਤੰਤੀ ਕਨ ਸਾਰੇ ਬਰਾਵਨ ਚੰਗੀ ਸਮਝ ਲੱਗ ਗਈ ਹੋਣੀ ਹੈ ਮੈਨੂੰ ਬੜੀ ਉਮੀਦ ਹੈ ਕਿ ਅੱਜ ਜਿਹੜਾ ਨਾ ਤੁਸੀਂ ਇਹ ਵੀਡੀਓ ਜਿਹੜੀ ਹੈ ਨਾ ਜ਼ਾਇਆ ਨਹੀਂ ਜਾਣ ਲੱਗੀ ਇਨਸ਼ਾਅੱਲਾ ਇਨਸ਼ਾਅੱਲਾ ਤੁਸੀਂ ਇਸ ਵੀਡੀਓ ਤੋਂ ਬੜਾ ਕੁਝ ਹਾਸਲ ਕਰ ਸੋ ਅੱਛਾ ਇਥੇ ਫੇਰ ਇੱਕ ਗੱਲ ਮੈਂ ਦੱਸ ਦਿਆਂ ਕਿ ਬੈਗ ਸਾਡੀ ਜਿਹੜੀ ਹੈ ਉਹ ਸਾਡੇ ਥੀਰੇ ਦੇ ਹਿਸਾਬ ਨਾਲ ਲਾਉਣੀ ਚਾਹੀਦੀ ਹੈ ਫਰੰਟ ਜਿਹੜਾ ਸਾਡਾ ਉਹ ਸਾਡੀ ਫਿਟਿੰਗ ਦੇ ਹਿਸਾਬ ਨਾਲ ਲਾਉਣਾ ਚਾਹੀਦਾ ਮਸਲਨ ਜਿੰਨੀ ਸਾਡੀ ਫਿਟਿੰਗ ਹੈ ਉਸ ਹਿਸਾਬ ਨਾਲ ਸਾਡਾ ਫਰੰਟ ਜਿਹੜਾ ਹੈ ਉਹ ਤਿਆਰ ਹੋਣਾ ਚਾਹੀਦਾ ਅੱਛਾ ਇਹਦੇ ਵਿੱਚ ਅਗਰ ਫਿਟਿੰਗ ਆਉਣੀ ਹੈ ਨਾ ਅਸਾਂ ਸੂਟ ਨੂੰ ਫਿਟਿੰਗ ਦੇਣੀ ਹੈ ਚੰਗੀ ਤਰੀਕੇ ਨਾਲ ਤੇ ਉਹ ਤੁਸੀਂ 1/2 ਇੰਚ ਘਟ ਕਰ ਲਓ ਇਹੋ ਕੁਝ ਹੀ ਹੈ ਮੇਰਾ ਬਰਾ ਨਾ ਜ਼ਹਿਨ ਖਪਾਓ ਐਵੇਂ ਅਸੀਂ ਪਤਾ ਨਹੀਂ ਕੀ ਦਾ ਕੀ ਕੀ ਦਾ ਕੀ ਹੁਣ ਅੱਲਾਹ ਵਾਸਤੇ ਕੋਈ ਮਾਸਟਰ ਵਿੰਦਾ ਪਿਆ ਤੇ ਇਹ ਤੁਹਾਡੇ ਵਾਸਤੇ ਵੀਡੀਓ ਨਹੀਂ ਬਣਾਈ ਇਹ ਨਾ ਹੋਵੇ ਜਨਾਬ ਬਈ ਤੁਸੀਂ ਮੰਡੂ ਲਾਈਖ ਲਉਤੇ ਹੋ ਕਮੈਂਟ ਸੇਚ ਭਈ ਇਹ ਜਨਾਬ ਪਤਾ ਨਹੀਂ ਕਿਵੇਂ ਦੀ ਯੂਟਿੰਗ ਕਰ ਰਿਹਾ ਸਾਡੇ ਤੇ ਅੱਛਾ ਕੈਮਰਾ ਕਿਉਂਕਿ ਉਦੇ ਥੋੜਾ ਜਿਆ ਕੋਸ਼ਿਸ਼ ਕਰਦਾਂ ਜਿਆ ਪੜ ਗਿਆ ਉਤੇ ਬਾਕੀ ਆ ਜਾਂਦਾ ਨਿਸ਼ਾਨ ਲਾਣ ਫਿਟਿੰਗ ਦੇ ਫਿਟਿੰਗ ਦੇ ਨਿਸ਼ਾਨ ਲਾਣ ਵਾਸਤੇ ਜਨਾਬ ਇਹ ਸਾਡੇ ਕੋਲ ਆ ਗਿਆ ਯਾਰਾਂ ਦੋ ਸੂਤਰ ਅੱਗੇ ਇਹਦੇ ਐਕਸਟਰਾ 7 ਸੂਤਰ ਜਿਹੜਾ ਨਾ ਉਹ ਅਸਾਂ ਕਪੜਾ ਰੱਖਣਾ 24 ਇੰਚ ਤੇ ਸਾਡਾ ਨਿਸ਼ਾਨ ਲੱਗ ਗਿਆ ਅੱਛਾ ਇਹਦੇ ਚੋਣੇ ਸੀ ਕੀ ਕਰਦੇ ਆਂ ਜੀ ਇਹ ਇੱਥੇ ਚਪਟੀ ਹੁੰਦੀ ਤੇ ਉਸ ਇੰਜ ਕਰਕੇ ਕਰਵ ਦੇਣਾ ਉਹ ਭਾਈ ਤੁਸੀਂ ਇੱਥੋਂ ਕਟਾਈ ਸ਼ੁਰੂ ਕਰੋ ਇੱਥੇ ਲਿਆ ਕੇ ਹਲਕੀ ਜੀ ਅਨੰਦਰ ਲਿਆ ਕੇ ਸ਼ੇਪ ਦੇ ਦਿਓ ਬਸ ਇਤਨਾ ਹੀ ਕੰਮ ਹੈ ਹੋਰ ਤੇ ਇੱਥੇ ਕਿਹੜਾ ਰਾਕੇਟ ਸੈਂਸ ਫਸੀ ਪਈ ਹੈ ਇਹ ਚੈੱਕ ਕਰਿਆ ਜੇ ਬਲਾ ਐ ਜਨਾਬ ਅਸੀਂ ਆਪਣੇ ਨਿਸ਼ਾਨਾ ਤੋਂ ਸਿੱਧਾ ਸਿੱਧਾ ਮੈਂ ਹੁਣ ਲੈਂਨ ਵੀ ਕੋਈ ਨਹੀਂ ਲਾਈ ਸਿਰਫ ਉਹ ਕਾਲ ਤੋਂ ਲੇਕਿਨ ਹਕਤਾ ਵੈਸੇ ਲਾ ਲਿੰਦਾ ਅਜਨਾ ਮੈਂ ਅੰਦਰ ਦੀ ਤਰਫ ਆਇਆ ਤੇ ਐਸ ਸਾਡਾ ਨਿਸ਼ਾਨ ਜਿਹੜਾ ਉਹਦੇ ਸਿੱਧੇ ਸਾਡੀ ਕਟਾਈ ਹੋ ਗਈ ਉਹ ਭਾਈ ਚਪਟੀ ਵੀ ਹੁੰਦੀ ਤੇ ਉਸ ਵੀ ਆਏ ਇਤਨੇ ਕਰਵ ਦੇਣਾ ਜਿੰਨਾ ਮੈਂ ਦਿੱਤਾ ਕੀ ਖਿਆਲ ਅੱਛਾ ਉਸ ਤੋਂ ਬਾਅਦ ਆ ਜਾਂਦੀ ਹੁਣ ਗੱਲ ਘੇਰੇ ਦੀ ਆਹ ਗੱਲ ਜਿਹੜੀ ਹੈ ਨਾ ਉਹ ਸਾਰਿਆਂ ਤੋਂ ਪਹਿਲੇ ਤਾਂ ਲੰਬਾਈ ਲਾ ਲਵੀਏ ਨਾ ਆਪਣੀ ਲੰਬਾਈ ਕਿਸ ਹਿਸਾਬ ਨਾਲ ਲਾਣੀ ਹੋ ਤਾਂ ਦੱਸਾਂ ਪਉਂਦੋ ਅੱਛਾ ਲੰਬਾਈ ਜਿਹੜੀ ਹੈ ਉਹ ਸਾਡੀ ਹੈ 38 ਸਾਡਾ ਬੈਕ ਜਿਹੜਾ ਨਾ ਇਸ ਨੂੰ ਬਿਲਕੁਲ ਸਿੱਧੀ ਆਪਣੀ ਐਂਚੀ ਟੇਪ ਰੱਖ ਦਿਓ ਅੱਗੇ ਪਤਾ ਆਏ ਇਸ ਗੱਲ ਦਾ ਮੈਨੂੰ ਲੱਗਦਾ ਕੋਈ ਨਾ 38 ਹੈ ਤਕਰੀਬਨ 700 ਉੱਤਰ ਇਦੋਂ ਵੀ ਰੱਖ ਲਓ ਜ਼ਿਆਦਾ ਜਨਾਬ ਨਿਸ਼ਾਨ ਲਾ ਦਿਓ ਇਹ ਜਨਾਬ ਮੈਂ ਇੱਥੇ ਕੈਮਰੇ ਦੇ ਨੇੜੇ ਮਾਸ਼ੱਲਾ ਜੀ ਲੈ ਆਂਦੀ ਆ ਆਪਣੀ ਕਮੀਜ਼ ਇਹ ਨੋਂ ਜਨਾਬ ਇੱਕ ਵਾਰੀ ਤਾਂ ਸਿੱਧਾ ਨਿਸ਼ਾਨ ਲਾਓ ਨਾ ਦੁਦਾਨ ਮੋੜ ਮੇ ਸਮਝਾਂਦਾ ਐ ਸੋ ਵੀ ਤੁਸਾਂ ਕਰਨਾ ਕੀ ਹੈ ਇਹ ਜਨਾਬ ਸਾਡਾ ਸਿੱਧਾ ਨਿਸ਼ਾਨ ਲੱਗ ਗਿਆ ਅੱਲਾ ਦੀ ਮਿਹਰਬਾਨੀ ਨਾਲ ਉੱਤੋਂ ਜਨਾਬ ਸਾਰਿਆਂ ਤੋਂ ਪੁੱਛੋ ਜਨਾਬ ਤੁਸੀਂ ਇਦੋਂ ਲਾ ਲਓ 4.5 ਦਾ ਨਿਸ਼ਾਨ ਲਾ ਲਓ ਜਾਂ 5.5 ਦਾ ਲਾ ਲਓ ਜਿਵੇਂ ਤੁਹਾਡਾ ਦਿਲ ਕਰੇ ਅਗਰ ਤੁਸੀਂ ਹੱਥ ਨਾਲ घेरा कट दियो ना मसलन हाथ ਨਾਲ ਇੱਕ ਵਾਰੀ ਫੋਲਡ ਕੀਤਾ ਤੇ ਮੋਰ ਦੂਜੀ ਵਾਰੀ ਫੋਲਡ ਕਰਕੇ घेरा ਕਰਨਾ ਮੋਰ ਤੁਸੀਂ ਇਹਨ 4.5 ਦਾ ਨਿਸ਼ਾਨ ਲਾ ਲਓ ਅਗਰ ਤੁਸੀਂ ਕਰਨਾ ਨਾ ਪੈਰ ਨਾਲ घेरा ਪੈਰ ਨਾਲ ਕੱਢਦੇ ਹੋ ਤੇ ਮੋਰ ਮੇਰਾ ਬਰਾ ਇਹਨ ਤੁਸੀਂ 5 ਇੰਚ ਦਾ ਨਿਸ਼ਾਨ ਲਾ ਲਓ ਕਿਉਂਕਿ ਉਹ ਗੁਲਾਈ ਥੋੜੀ ਜਿਆਦਾ ਹੋਵੇ ਤਾਂ ਪੈਰ ਨਾਲ घेरा ਆਸਾਨ ਨਿਕਲ ਜਾਂਦਾ ਇਹ ਵੀ ਸਮਝ ਆ ਗਏ আচ্ছা 4.5 ਦਾ ਤਾਂ 4.5 ਦਾ ਨਿਸ਼ਾਨ ਲਾਇਆ ਇਹਦੇ ਵਿੱਚ ਉਹਨਾਂ ਸੰਗ ਗੁਲਾਈ ਕਰਨੀ ਹੈ ਇਹਨਾਂ ਨਿਸ਼ਾਨਾਂ ਦੋ ਦੇ ਵਿੱਚ ਯਾਰ ਅਸੀਂ ਇਤਨਾ ਵੀ ਨਹੀਂ ਕਰ ਸਕਦੇ ਕਿਉਂ ਅਸੀਂ ਰਫੜ ਨੂੰ ਪਏ ਆਂ ਜੀ ਅਸੀਂ 101 ਲੈਣ ਲੈਣੀ ਹੁੰਦੀ ਤਾਂ ਸਾਡੀ ਘਟਾਈ ਹੁੰਦੀ कमाल है यार यारे असी कटाई करनी है तो वह असी सिर्फ दो निशान भी साढ़े को लगे पे ना कटाई ना हो तो स्वाद नहीं आ गया मुड़ ए चीज़ है बस हेलो है यह सा गुलाई हो गया गेरा इस ही काम है ना बस जी ਐ ਸਾਡੇ ਇੱਕ ਕਮੀਜ਼ ਦਾ ਫਰੰਟ ਬੈਕ ਤਾਂ ਹੋ ਗਿਆ ਤਿਆਰ ਅੱਛਾ ਇੱਕ ਹੋਰ ਬਾਡੇ ਆਸਤੇ ਅੱਜ ਫਾਇਦੇ ਦਾ ਕੰਮ ਹੋਵੇ ਮੈਂ ਸ਼ੱਕ ਪੈ ਗਿਆ ਕਿਉਂਕਿ ਬਾਜ਼ੂ ਇਹਦਾ ਨਾ ਬਾਹਰ ਥੋੜਾ ਜਿਹਾ ਆਈ ਅੱਛਾ ਉੱਤੋਂ ਮੈਂ ਲਾਇਆ 5 ਇੰਚ ਦਾ ਨਿਸ਼ਾਨ ਥੱਲੇ ਮੈਂ ਲਾਇਆ 7 ਇੰਚ ਦੋ ਸੂਤਰ ਦਾ ਅੱਛਾ ਉਸ ਤੋਂ ਥੱਲੇ ਜਾਵੀਏ ਤਾਂ ਮੈਂ ਨਿਸ਼ਾਨ ਲਾ ਦਿੱਤਾ 4 ਇੰਚ ਦਾ ਇਹਨਾਂ ਨੂੰ ਹਲਕੇ ਹਲਕੇ ਟੋਕ ਲਾ ਲਓ ਇਹ ਤੋਂ ਥੱਲੇ ਜਨਾਬ ਸਾਡਾ ਗੇਰਾ ਨਿਕਲ ਗਿਆ ਇਹ ਥੋ ਤਾਂ ਸਾਡੀਆਂ ਜਨਾਬ ਇਹਨਾਂ ਤਿਕੰਜੇਬਾਂ ਲੱਗ ਜਾਣੀਆਂ ਤੇ ਇੱਥੋਂ ਤਾਂ ਸਾਡੇ ਬਾਜ਼ੂ ਲੱਗ ਜਾਂਦੇ ਇਹ ਮੁੱਕ ਗਿਆ ਕੰਮ ਸਾਡਾ ਇਹਦੇ ਨਾਲ ਮੈਂ ਉਹਨਾਂ ਨੂੰ ਦਨ ਤੀਰਾ ਰੱਖ ਕੇ ਵਖਾਸਾਂ ਤੇ ਇਨਸ਼ਾਅੱਲਾ ਤੁਸੀਂ 150 ਵੀ ਚਾਸਾਈ ਆਈ ਕਟਿੰਗ ਦੀ ਯਾਰ ਪਤਾ ਨਹੀਂ ਇਹ ਕਿਹੜੇ ਪਾਸੇ ਜਾਂਦੇ ਪਏ ਆ 700 ਨਹੀਂ ਲੱਗ ਰਹੀ ਔਰ ਗੱਲ ਕੋਈ ਨਹੀਂ ਵਿੱਚ 10 ਦਾ ਤੁਹਾਡਾ ਲੱਗ ਰਿਹਾ ਥੋੜਾ ਜਿਆ ਤੇ ਵੀਡੀਓ ਅਗਰ ਤੁਸੀਂ ਪੂਰੀ ਵੇਖੀ ਨਾ ਤੇ ਆ ਚਾਸ ਜਾਸੀ ਆਈ ਕਟਿੰਗ ਵਾਲੀ ਤਾਂ ਬਾਕੀ ਗੱਲਾਂ ਨਹੀਂ ਗੱਲਾਂ ਇਹ ਸਿੰਗਲ ਪੀਸ ਹੈ ਇਹਦੇ ਵਿੱਚੋਂ ਅੱਜ ਸਾ ਬਾਜ਼ੂ ਬਣਾਉਣ ਇਹ ਫਿਆਂਦਾ ਤੁਹਾਡੇ ਹਾਸਤੇ ਫਾਇਦਾ ਹੈ ਕਰੀਏ ਵੀ ਵੇਖੋ ਤੁਸੀਂ ਵੀ ਸਿੰਗਲ ਵਿੱਚੋਂ ਕਿਵੇਂ ਬਣ ਜਾਂਦੇ ਆ ਸਿੰਗਲ ਪੀਸ ਵਿੱਚੋਂ ਮੇਰਾ ਬਰਾਹ ਸਿੰਗਲ ਸਿੰਗਲ ਬਾਜ਼ੂ ਬਣਦੇ ਨੇ ਇਹਦਾ ਤਕਰੀਬਨ 34 ਇੰਚ ਬਾਰ ਹੈ ਜੀ ਇਹ ਐਂਹ ਤਰਫ ਪੜੀ ਕਮਾਲੀਆ ਦੀ ਖੱਦਰ ਹੈ ਜੀ ਕਪੜਾ ਇਹ ਵੇਖੋ ਜੀ ਤਕਰੀਬਨ 34 ਇੰਚ ਬਾਰ ਹੈ ਜੀ ਠੀਕ ਹੋ ਗਿਆ ਇਹਦੇ ਵਿੱਚੋਂ ਹੁਣ ਅਸਾਂ ਜਨਬੇ ਅਲੀ 11.5 ਇੰਚ ਦੇ ਬਾਜ਼ੂ ਕੱਢਨੇ ਨੇ 11.5 ਸੌਰੀ 11 ਇੰਚ ਤਕਰੀਬਨ 11 ਇੰਚ ਦੇ ਰਾਉਂਡ ਅਬਾਊਟ 11 ਇੰਚ ਤੋਂ 2 ਸੌਤਰ ਘੱਟ ਵੀ ਹੋ ਜਾਵੇ ਤਾਂ ਕੰਮ ਚੱਲਦਾ ਹੈ ਜੇ ਨਾ ਨਿਕਲਿਆ ਤਾਂ ਮੋੜ ਬਰਾਵਾ ਨਵਾਂ ਕਪੜਾ ਲਾ ਕੇ ਦੂਜਾ ਬਾਜ਼ੂ ਕੱਢ ਲਵਾਂਦੇ ਇਹ ਹੀ ਫਰਕ ਹੈ ਹੋਰ ਤਾਂ ਕੁਝ ਨਹੀਂ ਲੇਕਿਨ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚੋਂ ਨਿਕਲ ਆਵੇ ਤੇ ਉਮੀਦ ਵੀ ਬੜੀ ਹੈ ਕਿ ਨਿਕਲ ਜਾਸੀ ਅੱਛਾ ਇਹ ਹੋ ਗਿਆ ਜਨਾਬ ਸਾਡਾ ਬਾਜ਼ੂ ਅੱਛਾ ਕੋਈ ਦੋਸਤ ਇੰਜ ਕਰਕੇ ਰੱਖ ਦੇਣ ਕੋਈ ਗੱਲ ਨਹੀਂ ਇੰਜ ਕਰਕੇ ਰੱਖੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਇੱਥੇ ਮੈਂ ਨਹੀਂ ਆਂਦਾ ਜਿਵੇਂ ਦਿਲ ਜਿਉਂਜ ਰੱਖੋ ਫਿਰ ਖੁਸ਼ ਹੋ अच्छा एथोन मैं मेजरमेंट करनी है ये देखो इस तरीके ਨਾਲ इंच टेप ਨਾਲ ਐ ਚੀਜ਼ ਚੈੱਕ ਕਰੋ 11 इंच पूरा ਜਿਹੜਾ ਨਾ ਉਹ ਮੈਂ ਆਪਣਾ ਕੰਦਾ ਕੱਟੂਆ ਅਗਰ ਇਹ ਜਿੰਨਾ ਸਾਡਾ ਫਿਟਿੰਗ ਵਾਲਾ ਦੂਜਾ ਕਮੀਜ਼ ਦਾ ਕੰਦਾ ਹੈ ਨਾ ਉਸ ਹਿਸਾਬ ਨਾਲ ਵੇਖਿਆ ਜਾਵੇ ਤੇ ਇਹ ਜਨਾ ਬੇਲੀ ਅੱਧੀ ਇੰਚ ਵੀ ਘੱਟ ਕੇ ਕੱਟਿਆ ਜਾਵੇ ਤਾਂ ਪੂਰਾ ਹੋ ਜਾਸੀ ਕਿਉਂਕਿ ਜਦੋਂ ਅਸੀਂ ਆਪਣੇ ਬੈਕ ਨੂੰ ਲਾਣੇ ਆ ਨਾ ਉਦੋਂ ਅਸੀਂ ਕਮੀਜ਼ ਦਾ ਬੈਕ ਥੋੜਾ ਜਿਹਾ ਖਿੱਚ ਕੇ ਰੱਖੀਦਾ ਤੇ ਬਾਜ਼ੂ ਦਾ ਬੈਕ ਲਾ ਰੱਖੀਦਾ ਤੇ ਜਦੋਂ ਅਸੀਂ ਫਰੰਟ ਤੇ ਹੁੰਨੇ ਆ ਉਦੋਂ ਅਸੀਂ ਬਾਜ਼ੂ ਦਾ ਫਰੰਟ ਜਿਹੜਾ ਉਹ ਥੋੜਾ ਜਿਹਾ ਛੇਕ ਕੇ ਰੱਖੀਦਾ ਤੇ ਕਮੀਜ਼ ਦਾ ਬੈਕ ਜਿਹੜਾ ਕਮੀਜ਼ ਦਾ ਫਰੰਟ ਜਿਹੜਾ ਉਹ ਅਸੀਂ ਥੋੜਾ ਜਿਹਾ ਢਿੱਲਾ ਰੱਖੀਦਾ ਤੋ ਇਹ ਪੂਰਾ ਹੋ ਜਾਂਦਾ ਇਹਦੀ ਹੁਣ ਕਟਾਈ ਵੇਖੋ ਇੱਥੇ ਹੁਣ ਕੀ ਰਾਕੇਟ ਸਾਇੰਸ ਲਾਮ ਇਹ ਤਨੂਨ ਵਾ ਅਮਜ਼ਾ ਛੋਟੀ ਜਿਹੀ ਬੜੀ ਜੀ ਇਹ ਜਨਾਬ ਹੁਣ ਤੁਸੀਂ ਚੈੱਕ ਕਰ ਲਓ ਮੇਰਾ ਭਰਾ ਇੱਥੋਂ ਮੈਂ ਕੀ ਕੀਤਾ ਇਹ ਜਨਾਬ ਕੈਂਚੀ ਟੋਰੀ ਏ ਐਂਜ ਲਗਾ ਕੇ ਆ ਤੇ ਇੱਥੇ ਲਿਆ ਖਤਮ ਕਰ ਛੱਡੀ ਮੁੱਕ ਗਿਆ ਸਾਡਾ ਬੈਕ ਵਾਲਾ ਕੰਮ ਜਿਹੜਾ ਨਾ ਉਹ ਮੁੱਕ ਗਿਆ ਇਹ ਤੋਂ ਜਨਬੇਲੀ ਇੱਕ ਪੀਸ ਫਾਦ ਲੈਣਾ ਹੈ ਫਰੰਟ ਵਾਲਾ ਕਿਉਂਕਿ ਸਿੰਗਲ ਸਿੰਗਲ ਬਾਜ਼ੂ ਕੱਟਨੇ ਸਿੰਗਲ ਪੀਸ ਹੈ ਤੇ ਸਿੰਗਲ ਸਿੰਗਲ ਹੀ ਕੱਟਨੇ ਤੇ ਉਹ ਦੂਜਾ ਹੰਦ ਉੱਤੇ ਰੱਖ ਲੈਣਾ ਇਹ ਤਕਰੀਬਨ ਰਾਉਂਡ ਬਾਊਟ ਜਿੰਨਾ ਸਾਡਾ ਇਹ ਦੂਸਰਾ ਹੈ ਨਾ ਖਾਲਾ ਜਿਹੜਾ ਅਸੀਂ ਮਸਲਨ 2 ਸਾਢੇ 2 ਤੇ ਦੋ ਸੂਤਰ ਦਾ ਨਿਸ਼ਾਨ ਲਾਇਆ ਸੀ ਨਾ ਉਸ ਤਨਾ ਅਸੀਂ ਛੱਡ ਕੇ ਜਨਬੇਲੀ ਬਾਕੀ ਅਸੀਂ ਇੱਥੇ ਸ਼ੁਰੂ ਕਰ ਲੈਣੀ ਆ ਹੌਸਤਾ-ਸਤਾ ਅੰਦਰ ਆਉਣਾ ਐਂ ਦੇ ਸੈਂਟਰ ਵਿੱਚ ਉਹ ਅਸੀਂ ਤਕਰੀਬਨ ਗਰਾਈ ਜਿਹੜੀ ਹੈ ਨਾ ਉਹ ਇੰਦੀ ਕੰਪਲੀਟ ਕਰੀਏ 1 ਇੰਚੀ ਦੇ ਰਾਉਂਡਬਾਉਟ 1 ਇੰਚੀ ਦੇ ਵੇਸੇ-ਵੇਚੇ ਅਸੀਂ ਇਹਨ ਗਰਾਈ ਦੇਣੀ ਹੈ ਇੰਜ ਬਾਹਰ ਨਿਕਲ ਜਾਣਾ ਇਹ ਪੀਸ ਹੈ ਜਨਾਬ 1 ਇੰਚੀ ਦੀ ਗਰਾਈ ਦਿੱਤੇ ਆ ਤਾਂ ਕੰਮ ਮੁੱਕ ਜਾਣਾ ਸਾਡਾ ਕੀ ਹੁਣ ਮੇਰਾ ਭਰਾ ਮੈਨੇ ਦੱਸੋ ਕਮੈਂਟ ਸੈਕਸ਼ਨ ਹੈ ਤੁਸੀਂ ਸਾਰੇ ਵੀ ਇਹਦੇ ਵਿੱਚ ਹੁਣ ਕੀ ਰਾਕੇਟ ਸੈਂਸ ਸਪੈਸੀਫਾਈ ਹੈ ਜਿਹੜੀ ਜਨਾਬ ਅਲੀ ਅਸੀਂ ਇਤਨੇ ਨਿਸ਼ਾਨ ਲਾ ਕੇ ਕਟਾਈ ਕਰਦੇ ਹਾਂ ਸੇਮ ਕਟਾਈ ਉਹ ਵਹੀ ਹੁੰਦੀ ਸਿਰਫ ਅਸੀਂ ਆਪਣਾ ਜ਼ਿਹਨ ਨਹੀਂ ਇਸਤੇਮਾਲ ਕਰਦੇ ਅਸੀਂ ਪਤਾ ਨਹੀਂ ਇਮਾਨੀ ਗੱਲ ਐ ਕੋਈ ਹੂਟਿੰਗ ਸ਼ੂਟਿੰਗ ਨਹੀਂ ਕੀਤੀ ਕਿਸੇ ਬੰਦੇ ਨੇ ਕੋਈ ਕੁਝ ਨਹੀਂ ਇਹ ਨਾ ਹੋਵੇ ਕਿ ਮੈਂ ਮੜਮੜ ਪਿਆ ਨਾ ਕਿ ਅਗਰ ਕਿਸੇ ਬੰਦੇ ਨੂੰ ਗੱਲ ਭੈੜੀ ਲੱਗੀ ਹੋਵੇ ਤਾਂ ਪਲੀਜ਼ ਇਹ ਮਾਫੀ ਦੇਵੇ ਕਿਉਂਕਿ ਅੱਜ ਮੈਂ ਇਕ ਤਾਂ ਲੈਜੇ ਹੋਰੇ ਚਾ ਗਿਆ ਸਿੱਧੀ ਸਿੱਧੀ ਆਵਾਜ਼ ਸਿੱਧੀ ਸਿੱਧੀ ਅਰਸ਼ ਹੈ ਸਾਢੇ 24 ਸਾਡਾ ਬਾਜ਼ੂ ਹੈ ਜਨਾਬ ਤੇ 1 ਇੰਚ ਗੱਟ ਰੱਖਣਾ ਸਾਢੇ 33 ਤੇ ਨਿਸ਼ਾਨ ਲਾਇਆ ਇਸੇ ਤਰ੍ਹਾਂ ਹੀ ਇਹ ਪੀਸ ਫੜ ਦੇਣਾ ਤੇ ਇਹਨੂੰ ਇੰਚ ਮਿਲਾ ਦੇਣਾ ਮਿਲਾ ਕੇ ਤੇ ਸਾਢੇ 33 ਦਾ ਨਿਸ਼ਾਨ ਇੱਦੇ ਵੀ ਇਸ ਨਿਸ਼ਾਨ ਨੂੰ ਨਿਸ਼ਾਨ ਸਿੱਧਾ ਕਰ ਲਿਆ ਕਰਨ ਤੋਂ ਬਾਅਦ ਇਹ ਇੰਚ ਟੇ ਮੇਰਾ ਬਰਾਸ ਸੋਹਣੀ ਤਰ੍ਹਾਂ ਇੰਚ ਰੱਖਣੀ ਲੇਖ ਲਾ ਲਈ ਲੇਖ ਲਾਣ ਤੋਂ ਬਾਅਦ ਹੁਣ ਆ ਜਾਂਦੀ ਗੱਲ ਅਸਾਂ ਇਹ ਸੂਟ ਨੂੰ ਕਾਫ ਕਿਤਨੇ ਲਾਣੇ ਨੇ ਇਹ ਸੂਟ ਨੂੰ ਅਸਾਂ ਕਾਫ ਲਾਣੇ 9 ਇੰਚ ਤੇ 3 ਸੂਤਰ ਦੇ 9 ਇੰਚ 3 ਸੂਤਰ ਦੇ ਕਾਫ ਲਾਣੇ ਤੇ ਇਹਦਾ ਮੈਂ ਬੁੱਕ ਜਿਹੜਾ ਰੱਖਣਾ ਨਾ ਉਹ ਵੀ 5 ਇੰਚ 3 ਸੂਤਰ ਰੱਖ ਦਿੱਤਾ ਰੱਖੀ ਗਿਆ ਹੁਣ ਆ ਜਾਂਦੀ ਗੱਲ ਇਹਦੀ ਬਾਜੂ ਦੀ ਫਿਟਿੰਗ ਦੀ ਉਹ ਮੇਰਾ ਬਰਾ ਚਪਟੀ ਅਗਰ ਹੋਵੇ ਤੇ ਉਹ ਸਿੱਧਾ ਇਹ ਜਨਾਬੇ ਅਲੀ ਇਹ ਇੰਝ ਕਰਕੇ ਇਹਦੀ ਕਟਾਈ ਕਰ ਦੇਣੀ ਯਾਰ ਅਸੀਂ ਵੀ ਕੈਂਸੀ ਅਗਰ ਫੜ ਲਵਈਏ ਤੇ ਅਸੀਂ ਵੀ ਇਹੀਂ ਤਾਂ ਕਰ ਲੈਣੀ ਕੀ ਖਿਆਲ ਹੈ ਇਹ ਚੀਜ਼ਾਂ ਜੇ ਸਿਰਫ ਆ ਵੇਖੋ ਨਾ ਇੱਥੋਂ ਮੈਂ ਅਗਰ ਐਂ ਕਰਾਂ ਇੱਥੋਂ ਥੋੜਾ ਜਿਹਾ ਸਿੱਧਾ ਹੀ ਲਗਾ ਜਾਵਾਂ ਹਟ ਕੇ ਮਕੈਂਚੀ ਬਾਹਰ ਕੱਢਣ ਲੱਗ ਪਾਵਾਂ ਤੇ ਅੱਲਾ ਦੇ ਹੁਕਮ ਨਾਲ ਸਾਡੀ ਉਹ ਚਪਟੀ ਰੰਗੀ ਕਟਾਈ ਤਾਂ ਹੋ ਹੀ ਜਾਂਦੀ ਹੈ ਚੈੱਕ ਕਰੋ ਨਾ ਕੀ ਖਿਆਲ ਹੈ ਉਮੀਦ ਹੈ ਅੱਜ ਤੁਸੀਂ ਇਕ ਤਾਂ ਸਦੇ ਪਹੁੰਚੋ ਨੇ ਉਹ ਸਾਰੇ ਜਿਹੜੇ ਫਰੈਂਡ ਹੋ ਤੇ ਇਕ ਤਾਂ ਤੁਸੀਂ ਆਂਦੇ ਹੋਣੇ ਵੀ ਇਹ ਬੰਦਾ ਅੱਜ ਬਾਲੇ ਪਿੰਡੂ ਬਣ ਗਿਆ ਕੀ ਖਿਆਲ ਮੇਰਾ ਐਵੇਂ ਯਾਰ ਨਾ ਮੀਟਰ ਘੁੰਮ ਗਿਆ ਅੱਜ ਮੈਂ ਆਖਿਆ ਵੀ ਯਾਰ ਵਾਧਾ ਹੋ ਰਿਹਾ 베ਰੀਆਂ ਨਾਲ ਇਹਨਾਂ ਨਾਲ ਕਿਸੇ ਹੋਰ ਤਰੀਕੇ ਨਾਲ ਗੱਲ ਕੀਤੀ ਜਾਵੇ ਐ ਬਾਕੀ ਦਾ ਸਾਡਾ ਪੀਸ ਬਚਿਆ ਸਿੱਧੀ ਸਿੱਧੀ ਅੱਜ ਮੈਂ ਗੱਲ ਕਰ ਰਿਹਾ ਕਿ ਅੱਲਾਹ ਕਰੇ ਵੀ ਸਾਰੇ ਇਹਨਾਂ ਸਮਝ ਆ ਜਾਵੇ ਇਹਦੇ ਵਿੱਚ ਚੁਣ ਕੀ ਖਿਆਲ ਹੈ ਕਿ ਬਾਜ਼ੂ ਜਿਹੜਾ ਨਾ ਉਹ ਅਸੀਂ ਕਿੱਥੋਂ ਗਲਤੀ ਕਰ ਛੱਡਦੇ ਹਾਂ ਬੜੇ ਬੇਲੀ ਕੱਟਦੇ ਆਂ ਬਾਜ਼ੂ ਸਿੰਗਲ ਸਿੰਗਲ ਤੇ ਗਲਤ ਤਮੋੜੋ ਖੈਰ ਕਰੀ ਛੱਡਦੇ ਹਾਂ ਹਮੇਸ਼ਾ ਹਾਸਤੇ ਜਦੋਂ ਵੀ ਸਿੰਗਲ ਬਾਜ਼ੂ ਕੱਟੋ ਮੇਰਾ ਭਰਾ ਜਿਹੜੀ ਕੰਨੀ ਵਾਲੀ ਸਾਈਡ ਹੈ ਇਹ ਸਾਈਡ ਸਾਡਾ ਫਰੰਟ ਆਵੇ ਇਹ ਹੁਣ ਸਾਡਾ ਫਰੰਟ ਹੈ ਜਿਹਦੇ ਬਾਲੀ ਗੁਲਾਈ ਹੈ ਉਧੇ ਤਾਂ ਹੈ ਕੋਈ ਨਾ ਨਾ ਐਵੇਂ ਥੋੜੀ ਜਹੀ ਹੈ ਇਹ ਜਿੱਦੇ ਸਾਡੀ ਮਸਲਨ ਕੰਨੀ ਹੋਵੇ ਉਹ ਸਾਈਡ ਕਿਉਂਕਿ ਬੈਕ ਸਾਡਾ ਆਡਾ ਹੁੰਦਾ ਹੈ ਫਰੰਟ ਸਾਡਾ ਸਿੱਧਾ ਹੁੰਦਾ ਹੁਣ ਕੰਨੀ ਵਾਲੀ ਸਾਈਡ ਸਾਡੀ ਸਿੱਧੀ ਹੈ ਬੈਕ ਜਿਹੜੀ ਉਹ ਸਾਡੀ ਆਡੀ ਹੋਈ ਪਈ ਹੈ ਤੇ ਹਮੇਸ਼ਾ ਵਾਸਤੇ ਬੈਕ ਨੂੰ ਆਡਿਆਂ ਰੱਖਿਆ ਕਰੋ ਤੇ ਫਰੰਟ ਨੂੰ ਸਿੱਧਿਆਂ ਰੱਖਿਆ ਕਰੋ ਇਹ ਵੀ ਗੱਲ ਸਮਝ ਆ ਗਈ ਮੈਨੂੰ ਇਹ ਦੇ ਕੇ ਅੱਗੇ ਦਵਾਂ ਇਸ ਗੱਲ ਦਾ ਵੀ ਕੋਈ ਨਾ ਪਤਾ ਅੱਛਾ ਇਹ ਹੁਣ ਸਾਡੀ ਜਨਾਬੇ ਵਾਲੀ ਬੈਕ ਫਰੰਟ ਸਿੱਧੀ ਹੋ ਗਈ ਇਹ ਨੋਨ ਜਨਾਬ ਜੀ ਮੈਂ ਸਾਡਾ ਬਾਜ਼ੂ ਪਿਆਇਆ ਇੰਜ ਸੋਹਣੀ ਤਰ੍ਹਾਂ ਕੈਂਚੀ ਚਲਾਉਂਦੇ ਆਇਆ ਜਨਾਬ ਇਹ ਕਟਾਈ ਕਰ ਦੇਣਾ ਫਾਲਤੂ ਪੀਸ ਜਨਾਬ ਥੱਲੇ ਸੱਟੀ ਹੋਣ ਪਹਿਰਾਂ ਚੋਂ ਮੈਂ ਅੱਜ ਮੇਰਾ ਬਰਾੜ ਜਾਟਾ ਬਣਿਆ ਪਿਆ ਤੇ ਇਨਸ਼ਾਅੱਲਾ ਗੱਲਾਂ ਫਤਿਹ ਦੀਆਂ ਦੱਸਦਾ ਪਿਆ ਇਹ ਜਨਾਬ ਸਾਡਾ ਬਾਜ਼ੂ ਵੀ ਤਕਰੀਬਨ ਕਟਾਈ ਹੋਣ ਦੇ ਨੇੜੇ ਨੇੜੇ ਨਹੀਂ ਨਹੀਂ ਥੇ ਜਨਾਬ ਜੀ ਮੈਂ ਟੋਕ ਲਾਉਂਦੇ ਹਾਂ ਉਂਝ ਟੋਕ ਲਾ ਲੈਣਾ ਇਹ ਜਨਾਬ ਇਹ ਤੋਫਾ ਦੇਣਾ ਤੇ ਇਦੋਂ ਵੀ ਜਿਹੜਾ ਫਾਲਤੂ ਪੀਸ ਹੈ ਹੁਣ ਚਾ ਕੇ ਮਣੇ ਮਾਰੀਏ ਅੱਲਾਹ ਕੀਤਾ ਸਾਡੇ ਬਾਜ਼ੂ ਵੀ ਸਿੱਧੇ ਹੋ ਗਏ ਐ ਮੈਂ ਵੈਸੇ ਲੈਂਦਾ ਕੋ ਨਹੀਂ ਪਿਆ ਇਤਨਾ ਕੋਸ਼ਿਸ਼ ਕਰਦਾ ਪਿਆ ਕਿ ਵੇਲੇ ਨਾਲੀ ਕੰਮ ਮੁਕਾਇਆ ਜਾਵੇ ਅੱਛਾ ਅੱਗੇ ਗੱਲ ਆ ਜਾਂਦੀ ਹੁਣ ਸਾਡੀ ਚਾਕ ਪੱਟੀ ਦੀ ਚਾਕ ਪੱਟੀ ਅਸਾਂ ਕਿ ਮਿਲਾਨੀ ਉਹ ਮੇਰਾ ਬਰਾ ਕੋਈ ਵਕਤ ਵਾਲੀ ਗੱਲ ਹੀ ਨਹੀਂ ਹੁੰਦੇ ਐਵੇਂ ਟੈਨਸ਼ਨ ਨਾ ਨਹੀਂ ਹੋ ਨੀ ਕੀ ਨੀ ਇਹ ਤਾਂ ਟੈਨਸ਼ਨ ਨਾ ਲੈਣੀਆਂ ਹੀ ਨਹੀਂ ਨਾ ਇਹ ਹੁਣ ਚੀਜ਼ ਵੇਖੋ ਭਾਈ ਜਿੰਨਾ ਅਸਾਂ ਦਬਾ ਆਪਣੀ ਮਸ਼ੀਨ ਦੇ ਵਿੱਚੋਂ ਲਗਾਣਾ ਹੈ ਨਾ ਮਤਲਬ ਚਾਕ ਪੱਟੀ ਲਾ ਲਈ ਜਦੋਂ ਅਸੀਂ ਬਾਜੂ ਨਾਲ ਸਲਾਈ ਇੰਜ ਕਰਕੇ ਲਾਣੀ ਹੈ ਜਿੰਨਾ ਅਸਾਂ ਦਬਾ ਚਾਹਣਾ ਹੈ ਓਤਨਾ ਅਸਾਂ ਚਾਣ ਲਾ ਲੈਣਾ ਫਰਕ ਇਤਨਾ ਹੀ ਹੈ ਤੇ ਇਦੋਂ ਅਸਾਂ ਇਹ ਮੇਰੀ ਬਹਿ ਕਹੀ फ्रंट uh, दुजना बाजू दी बैक है अच्छा कोई दोस्त की कर देना कि ओ एंज फद देना एंज फाद के ते एंज करके निशान लांदे कुछ बेली की कर देन कि ओ एंज करके निशान लांदे मैं ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਦਾ ਪਿਆ ਜਿਹੜੇ ਬੇਲੀ ਵਾਲ ਸਿੱਖਦੇ ਪੈਨ ਉਹ ਨਾਸਤੇ ਅੱਜ ਮੇਰੀ ਸਪੈਸ਼ਲ ਵੀਡੀਓ ਹੈ ਤੇ ਸਿੱਧੀ ਜੀ ਆਵਾਜ਼ ਹੈ ੱਚ ਜਿੰਨਾ ਸੰਤ ਬਾ एंज करके ਸਲਾਈ ਲਾਣੀ ਹੈ ਨਾ ਉਹ ਉਥਨੇ ਦਬਾ ਤੇ ਲੀਕ ਲਾ ਲੋ ਬਿਹਤਰ ਹੈ ਨਹੀਂ ਲਾਣੀ ਤੇ ਮੋੜ एंज करके ਮੇਰਾ ਬਰਾ ਇਸ ਪੀਸ ਨੂੰ ਇਦੋ ਫਦਣਾ ਤੇ एंज ਕਰਕੇ ਰੱਖਣਾ ਸੋਹਣੇ ਤਰੀਕੇ ਨਾਲ ਇੰਜ ਕਰਕੇ ਰੱਖਣਾ ਤੇ ਉੱਤੇ ਐਵੇਂ ਮਾੜੀ ਜੀ ਇਸਤਰੀ ਇੰਜ ਕਰਕੇ ਮਾਰਨੀ ਤੇ ਵਿੱਚ ਇੱਕ ਬਾਨ ਪੈ ਜਾਣੀ ਰੋਲਾ ਤੇ ਇਤਨਾ ਐ ਵੇਖੋ ਵੇ ਬਾਨ ਬਾਨ ਪਈ ਹੈ ਇਹਦੇ ਤੇ ਜਨਾਬ 6 ਇੰਚੀ ਦਾ ਨਿਸ਼ਾਨ ਲਾ ਦੇਣਾ ਨਿਸ਼ਾਨ ਲਾਣ ਤੋਂ ਬਾਅਦ ਇਸ ਬਾਨ ਤੇ ਕੈਂਚੀ ਬਜਾਈ ਲਿਆਣੀ ਐ ਵੇਖੋ ਜਨਾਬ ਤੇ ਇੱਥੋਂ ਇੰਜ ਕਰਕੇ ਅੰਦਰ ਹਲ 200 ਉਤਰ ਦਾ ਟੋਕ ਲਾ ਦੇਣਾ ਇਹ ਸਾਡੀ ਇੱਧੇ ਚਾਕ ਪੱਟੀ ਲੱਗ ਜਾਣੀ ਇੱਧੇ ਸਾਡਾ ਕਪੜਾ ਫੋਲਡ ਹੋ ਜਾਣਾ ਇਹ ਵੀ ਸਾਡਾ ਕੰਮ ਮੁੱਕ ਗਿਆ ਬਾਕੀ ਗੱਲ ਰਹਿ ਗਈ ਮੇਨ ਹੁਣ ਤੀਰੇ ਦੀ ਮੰਨੀ ਗੱਲ ਐ ਇੱਥੋਂ ਅਸੀਂ ਸਾਰਾ ਕੰਮ ਵਜਾ ਛੱਡਦੇ ਆਂ ਐ ਸਾਡਾ ਤੀਰਾ ਜਿਹੜਾ ਨਹੀਂ ਕੀ ਹੈ ਜੀ ਸਾਡੇ ਕਾਲਰ ਨਹੀਂ ਬੰਦੇ ਮੇਰਾ ਭਰਾ ਇੱਕ ਗੱਲ ਮੇਰੀ ਅੱਜ ਦੀ ਲਿਖ ਲਵਿਆ ਸਾਡੀ ਕਟਾਈ ਸਹੀ ਹੁੰਦੀ ਅਸੀਂ ਬਾਜ਼ੂ ਲਾਣੇ ਚ ਆਪਣਾ ਕਾਲਰ ਵਜਾ ਛੱਡਦੇ ਹਾਂ ਬਾਜ਼ੂ ਲਾਣੇ ਚ ਕੋਈ ਬੰਦਾ ਇਸ ਗੱਲ ਨੂੰ ਤਸلیم ਨਹੀਂ ਕਰੇਗਾ ਕਿ ਅਸੀਂ ਬਾਜ਼ੂ ਜਿਹੜੇ ਨਾ ਉਹਦੇ ਚ ਲਾਣੇ ਯਾਰ ਸਾਡੇ ਲਾਂਦੇ ਅਸੀਂ ਬਾਜ਼ੂ ਸਾਡਾ ਕਾਲਰ ਕਿਵੇਂ ਖਰਾਬ ਹੋ ਜਾਂਦਾ ਉਹਨ ਕਿਵੇਂ ਚੂਣਾ ਪੈ ਜਾਂਦੀ ਉਹ ਮੇਰਾ ਭਰਾ ਪੈ ਜਾਂਦੀ ਅਸੀਂ ਬਾਜ਼ੂ ਅਗਾਂ ਪਿਛਾਂ ਲਾਣਦੇ ਹਾਂ ਹਮੇਸ਼ਾ ਹਸਤੇ ਟੋਕੇ ਚ ਬਾਜ਼ੂ ਲਾਏ ਕਰੋ ਤੁਹਾਡਾ ਦੋਮਾ ਸੈਡਨ ਲੋ ਬਾਜ਼ੂ ਜਿਹੜਾ ਨਾ ਪੂਰਾ ਆਵੇ ਮੈਂ ਅੱਗੇ ਵੀ ਦੱਸਿਆ ਕਿ ਮੈਂ 5.5 ਚੁੜਾਈ ਰੱਖਦਾ ਸੇਮ ਨਿਸ਼ਾਨ ਜਿਹੜਾ ਅਸੀਂ ਹੱਲੇ ਵਾਲਾ ਨਿਸ਼ਾਨ ਲਾਇਆ ਨਾ ਥੱਲੇ ਕਮੀਜ਼ ਅਲ ਫਰੰਟ ਪੱਟੀ ਵਾਲ ਸਾਈਡ ਤੇ ਉਹ ਹੀ ਨਿਸ਼ਾਨ ਇੱਥੇ ਵੀ ਲਾਣਾ ਕੋਈ ਡਾਊਟ ਕੋਈ ਨਹੀਂ ਨਾ ਅੱਗੇ ਆ ਜਾਓ ਜਨਾਬ 17 ਤੇ 18 ਇੱਕ ਉੱਤਰ ਬਾਧ ਰੱਖ ਲੋ ਕਿਉਂਕਿ ਬੈਕ ਜਿਹੜੀ ਉਹ ਥੋੜੀ ਜੀ ਅਸੀਂ ਖਿੱਚ ਕੇ ਵੀ ਲਾਲ ਵੀ ਦੀ ਹੁੰਦੀ ਹੈ ਇੱਥੋਂ ਕੀ ਕਰਨਾ ਹੈ ਕਿ 4.5 ਦਾ ਨਿਸ਼ਾਨ ਇੱਥੇ ਲਾ ਦੇਣਾ ਇਹਨਾਂ ਦਾ ਉਹ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਕੀ ਸ਼ਾਲ ਹੈ ਹੋ ਗਿਆ ਅੱਛਾ एन मैं या तो कटाई कर लवान तो यादव मैं दस लवान जी साडा इत रौला है कि है कटाई किए मेरा ब्रा ना, मैं नोन, दस ना तो ए ए है मैं तेनोंगला दसा यार लग गई इंच टेप नी वेख है कितना दो इंच दो सूत्र है साडा कितना एक इंच 1.5 ਇੰਚ ਤੇ ਇੱਕ ਉੱਤਰ ਇਹਦੇ ਚੋਸਾ ਨੂੰ ਘਾਟ ਕਿਤਨਾ ਕੀਤਾ ਜਿਹੜਾ ਸਾਡਾ ਆ ਇਹ ਨਿਸ਼ਾਨ ਇਹਦੇ ਚੋ ਅਸੀਂ ਘਾਟ ਕਿਤਨਾ ਕੀਤਾ ਮੇਰਾ ਬਰਾ ਸਿਰਫ ਇਤਨਾ ਕਰਨਾ ਹੈ ਕਿ 1 ਇੰਚ ਜਿਹੜਾ ਨਾ ਐ ਜਿਹੜਾ ਸਾਡਾ ਹੱਲੇ ਵਾਲਾ ਨਿਸ਼ਾਨ ਹੈ ਉਹਦੇ ਨਾਲ ਉਹ 1 ਇੰਚ ਘੱਟ ਕਰਕੇ ਤੇ ਇੱਥੇ ਨਿਸ਼ਾਨ ਲਾਣਾ ਤੇ ਇੰਜ ਕਰਕੇ ਇਹ ਕੈਂਚੀ ਮਾਰਨੀ ਹੈ ਜਨਾਬ ਉਹ ਸੇਮ ਗੱਲ ਹੀ ਐ ਵੇਖ ਕੀ ਕੰਮ ਇਹਦੇ ਇੱਥੋਂ ਜਨਾਬੇ ਵਾਲੀ ਮੇਰਾ ਬਰਾ ਇੰਜ ਸਿੱਧੀ ਬਜਾਈ ਲ ਜਾਣੀ ਹੈ ਤੇ ਇਹ ਲਕੀਰ ਤੇ ਮੁੱਕ ਗਈ ਇਹ ਹੱਲੇ ਵਾਲਾ ਜਿਹੜਾ ਨਿਸ਼ਾਨ ਹੈ ਇਹ ਇੱਥੋਂ ਇੰਜ ਸ਼ੁਰੂ ਕਰਨਾ ਹੈ ਤੇ ਹਲਕਾ ਜਿਵੇਂ 2x ਉਤਰ ਦਾ ਕੈਂਚੀ ਨੂੰ ਇੰਜ ਬਾਹਰ ਕੱਢ ਦੇਣਾ ਐ ਸੁਣੀ ਜੀ ਇੰਜ ਕਰਕੇ ਸ਼ੇਪ ਜੀ ਬਣਾ ਦੇਣੀ ਇੱਥੋਂ ਤੁਸੀਂ ਪੀਸ ਫਾਦ ਲੈਣਾ ਜਨਾਬ 2 ਉਤਰ ਦਾ ਤੇ ਮੁਕਾਂਦਿਆ ਹੋਣਾ ਤੇ ਐ ਸੈਂਡ ਤੇ ਹੁੰਦਿਆ ਤੇ ਕਿਨੋਂ ਤੁਹਾਡਾ ਪੀਸ ਮੁੱਕ ਜਾਣਾ ਚਾਹੀਦਾ ਕੀ ਖਿਆਲ ਹੈ ਐ ਵੈਸੇ ਬੜਾ ਹੀ ਹੋ ਗਿਆ ਚਲੋ ਜੀ ਐ ਸਾਡਾ ਤੀਰਾ ਵੀ ਜਿਹੜਾ ਜਨਾਬ ਇਹ ਵੀ ਬਿਹਤਰੀਨ ਤਰੀਕੇ ਨਾਲ ਤਿਆਰ ਹੋ ਗਿਆ ਅੱਲਾ ਦੇ ਹੁਕਮ ਨਾਲ ਕਿਦੇ ਕਮੀਜ਼ ਦਾ ਫਰੰਟ ਬੈਕ ਅੱਛਾ ਇਹ ਨੋਨ ਜਨਾਬ ਰੱਖਦੇ ਆਂ ਐਂ ਬਲਾ ਚੈੱਕ ਕਰਿਆ ਕਿ ਸਾਰੇ ਭਰਾ ਰਲ ਕੇ ਕਰੀ ਆਪੋ ਆਪਣੀ ਕਟਾਈ ਚੈੱਕ ਕਰਿਆ ਤੇ ਮੋੜ ਵੇਖਿਆ ਵੀ ਕੀ ਕੀ ਵਿੱਚ ਪੰਗੇ ਪਾਉਂਦੇ ਜਿਤਨੀ ਸਾਡੀ ਮਸਲਾ ਨਾਲ ਸਲਾਈ ਲੈਣੀ ਹੈ ਨਾ ਉਥਨਾ ਅਸਾਂ ਪੀਸ ਜਨਾਬੇ ਲਈ ਰੱਖ ਲੈਣਾ ਐ ਹੁਣ ਤਕਰੀਬਨ 100 ਉੱਤਰ ਵੱਧਦਾ ਪਿਆ ਤੇ ਉਹ ਦਵਨ ਮੈਂ ਅੱਗੇ ਵੀ ਦੱਸਿਆ ਵੀ ਥੋੜਾ ਜਿਹਾ ਅਸਾਂ ਬੈਕ ਨੂੰ ਛੇਕ ਕੇ ਲਾਣਾ ਇਹ ਕਿਉਂਕਿ ਕਪੜਾ ਵੀ ਜਿਹੜਾ ਨਾ ਐ ਹੁਣ ਚੀਜ਼ ਵੇਖੋ ਤਕਰੀਬਨ ਅੱਧੀ ਇੰਚ ਜਿਹੜਾ ਨਾ ਉਹ ਮੈਂ ਦਬਾ ਦੇਣਾ ਅੱਧੀ ਅੰਚੀ ਦਬਾ ਜਿਹੜਾ ਨਾ ਉਹ ਮੈਂ ਦੋਵੇਂ ਸਾਈਡਾਂ 'ਚ ਲਉ ਤੀਰੇ ਉੱਤੇ ਰੱਖ ਲਿਆ ਰੱਖਣ ਤੋਂ ਬਾਅਦ ਐ ਸੋਹਣੀ ਤਰ੍ਹਾਂ ਫਰੰਟ ਆਪਣਾ ਚਾਣਾ ਤੇ ਇੰਝ ਰੱਖ ਚਾਣਾ ਫਰੰਟ ਚਾਣ ਤੋਂ ਬਾਅਦ ਜਨਾਬ ਤੁਸੀਂ ਅੱਧੀ ਅੱਧੀ ਅੰਚੀ ਦੇ ਹਿਸਾਬ ਨਾਲ ਉਸੇ ਤਰੀਕੇ ਨਾਲ ਇੰਝ ਕਰਕੇ ਆਪਣੇ ਤੀਰੇ ਉੱਤੋਂ ਵੀ ਰੱਖਣਾ ਤੇ ਠੀਕ ਆ ਹੁਣ ਸਨ ਮੌਤ ਪਉਂਦੀ ਹੈ ਜੇ ਅਸੀਂ ਕਾਲਰ ਲਾਣ ਲੱਗੇ ਇਤਨਾ ਦਬਾ ਜੇ ਅਸੀਂ ਛਾਂਟ ਲਈਏ ਇਹਨਾਂ ਨੂੰ ਅਗਰ ਮੈਂ ਬਾੜਾ ਥੋੜਾ ਜਿਹਾ ਦੋ ਸੂਤਰ ਦਾ ਵਕਫ ਹੈ ਇਹਨਾਂ ਨੂੰ ਮੈਂ ਅਗਰ ਕਟਾਈ ਕਰ ਦੇਵਾਂ ਇਹ ਇੱਥੇ ਆ ਜਾਵੇ ਤੇ ਮੋੜ ਅਗਰ ਇੰ ਇੰਝ ਬਰਾਬਰ ਕੀਤੇ ਹੈ ਸਾਡਾ ਹਾਲਾ ਵੱਡਾ ਨਹੀਂ ਮੇਰਾ ਬਰਾ ਇਹੋ ਕੰਮ ਜੇ ਹੁਣ ਕਟਾਈ ਤੁਹਾਡੀ ਅੱਖਾਂ ਦੇ ਸਾਹਮਣੇ ਤੇ ਮੈਨੂੰ ਬੜੀ ਉਮੀਦ ਹੈ ਕਿ ਤੁਹਾਨੂੰ ਇਹ ਕਟਾਈ ਬੜੀ ਪਸੰਦ ਆਈ ਹੋਣੀ ਹੈ। ਅੱਲਾ ਦੀ ਕਸਮ ਇਹ ਸਾਰਾ ਕੁਝ ਜੂਜੇ। ਸਿਰਫ ਆ ਸਿਰਫ ਅਸੀਂ ਨਿਸ਼ਾਨ ਲਾ ਲਾ ਕੇ ਪਤਾ ਨਹੀਂ ਕੀ ਦਾ ਕੀ ਲੋਕਾਂ ਮਕਾਨ ਨੇ ਆ। ਤੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਬੜੀ ਪਸੰਦ ਆਈ ਹੋਣੀ ਹੈ। ਜੇ ਤਾਂ ਵੀਡੀਓ ਪਸੰਦ ਆਈ ਹੈ ਤੇ ਕਮੈਂਟਸ ਤੇ ਲਾਈਕ ਤਾਂ ਬਣਦਾ ਤੇ ਜਿਹੜੇ ਬੇਲੀ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਮੈਂ ਪਿੰਡੂ ਅੱਜ ਹੀ ਬਣਿਆ ਮੋੜ ਮੋੜ ਨਹੀਂ ਬਣਦਾ ਤੇ ਮਿਲਦੇ ਹਾਂ ਨੈਕਸਟ ਨੈਕਸਟ ਕਿਸੇ ਸ਼ਾਨਦਾਰ ਔਰ ਜاندار ਵੀਡੀਓ ਵਿੱਚ ਜਬ ਤੱਕ ਲਈਏ ਸੋਹਣੇ ਰਾਬਦੇ ਵਾਲੇ